ਇਹਨੇ ਫਿਰ ਜੱਜੇ ਲਾਮਾ ਤੋਂ ਸੱਦ ਕੇ ਸਾਨੂੰ ਬੁਲਵਾਉਣ ਦੀ ਕੋਸ਼ਿਸ਼ ਕੀਤੀ। ਅੱਛਾ, ਉਹਨੇ ਸਾਨੂੰ ਬਚਾਇਆ। ਇੱਕ ਘਰ ਹੋਰ ਸੀ ਸਿੱਖਾਂ ਦਾ, ਉਹ ਸੀ ਚਾਰ ਪਿਓ ਪੁੱਤ। ਅੱਛਾ, ਤੇ ਇੱਕ ਜਿਹੜੀ ਸਰਦਾਰ ਦੇ ਘਰੋਂ ਸੀ ਨਾ ਸਰਦਾਰ ਦੀ, ਉਹਨਾਂ ਕਹਿ ਵੀ ਸਾਨੂੰ ਬਚਾਇਆ। ਉਹਨਾਂ ਆਖਿਆ ਵੀ ਜੇ ਤੁਸੀਂ ਇਹ ਮੁਸਲਮਾਨ ਬਣਵਾਏ ਨਾ ਤੇ ਫਿਰ ਅਸੀਂ ਵੀ ਤੁਹਾਡੇ ਨਾਲ ਲੜਾਂਗੇ। ਉਹ ਮੈਂ ਖਿਆ ਮੇਰੇ ਆਪਣੇ ਮਾਂ ਪਿਓ ਨੂੰ ਆਖਿਆ ਵੀ ਮੈਂ ਇਹਨਾਂ ਆਪਾਂ ਨੂੰ ਅੱਜ ਮਾਰ ਦੇਣਾ। ਅੱਛਾ, ਇਹਨਾਂ ਸਲਾਹ ਕੀਤੀ ਆ ਤੇ ਮੇਰਾ ਇੱਕ ਬੇਲੀ ਸੀ ਸਿੱਖਾਂ ਦਾ ਮੁੰਡਾ, ਮੈਨੂੰ ਉਹਨੇ ਦੱਸਿਆ ਸੀ। ਉਹਦਾ ਕੀ ਨਾਂ ਸੀ? ਉਹਦਾ ਨਾਂ ਰਜੀਤ ਸਿੰਘ ਸੀ। ਹਾਂ, ਜੀਤਾ ਜੀਤਾ ਆਉਂਦੇ ਸੀ ਖੂਬ ਜਨਾਨੀਆਂ ਵੀ, ਮਿਲਟਰੀ ਵਾਲੇ ਆਪਣੇ ਤੰਬੂਆਂ ਚ ਲਿਜਾ ਕੇ ਨਾ ਉਹਨੇ ਵੀ ਮੇਰਾ ਜਾਤੀ ਸੀ ਜੀਤੇ। ਅੱਛਾ ਜੀ, ਬੰਦਿਆਂ ਦੀ ਬੰਦੇ ਇਤਲਾ ਹੱਥ ਪੁੱਤਰ ਇਹੀ ਖਾਲੀ ਦਾ ਉਹਨਾਂ ਮਸ਼ੀਨ ਕੱਢ ਬੀਜ ਕੇ ਤੇ ਕਾਫਲੇ ਵੱਲ ਮੂੰਹ ਕਰਕੇ ਲਾੜੀ ਚ ਲਿਆ ਦਿੱਤੀ ਸੀ। ਅਸੀਂ ਉਹ ਸੋਚਿਆ ਵੀ ਅਸੀਂ ਪੈ ਵੀ ਜਾਈਏ ਇਹਨਾਂ ਨੂੰ ਤੇ ਇਹਨਾਂ ਮਸ਼ੀਨ ਬੀਜ ਕੇ ਮਾਰ ਦੇਣਾ ਵਾ। ਮੈਂ ਉਹਨੂੰ ਨਾਲ ਲੈ ਕੇ ਆ ਗਿਆ। ਮੈਂ ਕਿਹਾ ਹੁਣ ਸਿਆ ਨਾ ਮਾਰੀ, ਜਦੋਂ ਮੈਂ ਉਹਦਾ ਨਾਂ ਲਿਆ ਨਾ ਵੀ ਨਾ ਮਾਰੀ, ਉਹਨੇ ਬਰਸੀ ਪਿਛਾ ਕੇ ਚਲੀ। ਉਹ ਮੈਨੂੰ ਫਾਇਦਾ ਪੁੱਛਦਾ ਵੀ ਤੂੰ ਕੌਣ ਆ? ਮੈਂ ਕਿਹਾ ਮੈਂ ਮੁਹੰਮਦ ਬੂਟੇ ਦਾ ਪੁੱਤ ਆ, ਆਸ ਲਾ ਦਿਉ। ਉਹ ਫਿਰ ਮੈਨੂੰ ਆਖਿਆ ਵੀ ਤੁਸੀਂ ਆਹ ਛੱਪੜ ਦੇ ਬੀਬੀ ਨਿਕਲ ਜਾਓ, ਮੈਂ ਤੇ ਤੁਹਾਨੂੰ ਨਹੀਂ ਮਾਰਦਾ, ਇਹਨਾਂ ਨੇ ਤੁਹਾਨੂੰ ਮਾਰ ਦੇਣਾ, ਇਹਨਾਂ ਨੂੰ ਪਤਾ ਲੱਗ ਗਿਆ। ਤੇ ਅਸੀਂ ਫਿਰ ਸਿੱਧੇ ਛੱਪੜ ਬੀਬੀ ਛਾਲਾਂ ਮਾਰੀਆਂ। ਉਹ ਪਿੰਡ ਪਿੰਡ ਦੀਆਂ ਇੱਕ ਤਾਂ ਵਕੀਲਾਂ ਦੀ ਨਾ ਉਹ ਰੱਖੀ, ਉਹਨਾਂ ਇੱਕ ਜਲਾਇਆ ਦੀ ਕੁੜੀ ਸੀ ਉਹ ਰੱਖੀ, ਇੱਕ ਮੰਨੂ ਘੁਮਿਆਰ ਸੀ ਉਹਦੀ ਕੁੜੀ ਰੱਖੀ, ਇੱਕ ਮਰਾਸੀਆ ਦੀ ਕੁੜੀ ਰੱਖੀ, ਦੋ ਕੁੜੀਆਂ ਮਰਾਸੀਆ ਦੀਆਂ ਰੱਖੀਆਂ। ਲਓ ਜੀ, ਅਸੀਂ ਇਸ ਵੇਲੇ ਬੈਠੇ ਹਾਂ 138-9L ਦੇ ਵਿੱਚ, ਜ਼ਿਲ੍ਹਾ ਸਾਹੀਵਾਲ ਦਾ ਇਹ ਪਿੰਡ ਹੈ। ਸਾਡੇ ਨਾਲ ਬਾਬਾ ਅੱਲਾ ਰੱਖਾ ਬੈਠੇ ਨੇ। 1947 ਦੀ ਹਿਜਰਤ ਨੂੰ ਇਹਨਾਂ ਨੇ ਆਪਣੀ ਅੱਖਾਂ ਦੇ ਨਾਲ ਵੇਖਿਆ ਅਤੇ ਆਓ ਇਹਨਾਂ ਦਾ ਅੱਖਾਂ ਵੇਖਿਆ ਹਾਲ ਸੁਣੀਏ, ਹਿਜਰਤ ਦਾ ਵੀ ਅਤੇ ਉਦੋਂ ਪਹਿਲੇ ਦਾ ਵੀ। ਬਾਬਾ ਜੀ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਸਾਡੇ ਵਾਲਦ ਦਾ ਨਾਂ ਮੁਹੰਮਦ ਬੂਟਾ। ਬਾਬਾ ਜੀ, ਆਪਣੀ ਕਿਹੜੀ ਬਰਾਦਰੀ ਹੈ? ਜੱਟ ਬਰਾਦਰੀ ਹੈ, ਧਾਲੀਵਾਲ ਜੱਟ। ਬਾਬਾ ਜੀ, ਆਪਣਾ ਪਿੰਡ ਕਿਹੜਾ ਸੀ? ਸਾਡਾ ਪਿੰਡ ਅੱਜ ਤਾਰ ਸਾਡੇ ਆਏ ਆ ਨਾ ਕਸੂਰ ਦੇ, ਚੁਣ ਕੇ ਇੰਡੀਆ ਨਾਲ ਲੱਗੇ ਜ਼ਿਲ੍ਹੇ ਲਾਹੌਰ ਦੇ। ਅੱਛਾ ਜੀ, ਸਾਡਾ ਪਿੰਡ ਸੀ ਪੱਟੀ ਦੇ ਨਾਲ ਆਸਲ। ਠੀਕ ਹੈ, ਪੇਪਰ ਆਸਲਾ ਤੋਂ ਅਸੀਂ ਜ਼ਿਲ੍ਹੇ ਅੰਮ੍ਰਿਤਸਰ 'ਚ ਇੱਕ ਪਿੰਡ ਉਸਮਾ ਸੀ ਮੇਰੇ ਨਾਲ ਗਿਆ ਦਾ। ਠੀਕ ਹੈ, ਉੱਥੇ ਪੈਲੀ ਅਸੀਂ ਗਈ ਸੀ। ਉਹ ਸਰਦਾਰ ਸੀਗਾ ਗੱਲ ਦੀ, ਦਰਦਾਰ ਸੀ ਉਹਦਾ ਨਾਂ ਅਤੇ ਉਹਦਾ ਸਾਲਮ ਇਕੱਲੇ ਦਾ ਮੌਕਾ ਸੀ। ਅੱਛਾ ਜੀ, ਅਤੇ ਉੱਥੇ ਅਸੀਂ ਉਹਦੀ ਰਾਗੀ ਕਰਦੇ ਸਾਂ ਉਸਦੇ, ਅਤੇ ਉਹ ਜੋਗ ਤੇ ਇੱਦਾਂ ਮੁਰੱਬਾ ਦਿੰਦਾ ਸੀ। ਅੱਛਾ, ਸਾਡੀਆਂ ਦੋ ਜੋਗਾ ਸੀ, ਮੁਰੱਬਾ ਜ਼ਮੀਨ ਦਾ ਸੀ ਬਹੁਤੇ ਦਾ। ਅੱਛਾ ਅੱਛਾ ਅੱਛਾ, ਉਹ ਸਰਦਾਰ ਦਾ ਨਾਂ ਕੀ ਸੀ? ਦਰਦਾਰ ਸੋ, ਉਹ ਜੱਟ ਸਦਾਉਂਦੇ ਸੀ, ਸਰਦਾਰ ਸਦਾਉਂਦੇ ਸੀ ਉਹ, ਸਰਦਾਰ ਦਰਦਾਰ ਸੋ। ਉੱਥੇ ਕਿੰਨੇ ਕੁ ਜੱਟਾਂ ਦੇ ਘਰ ਸੀ, ਮੁਸਲਮਾਨ ਜੱਟਾਂ ਦੇ? ਮੁਸਲਮਾਨ ਜੱਟਾਂ ਦੇ ਘਰ ਉੱਥੇ ਰਹਿ ਗਏ ਸੀ ਸਾਡੇ ਤਿੰਨ ਘਰ। ਅੱਛਾ ਜੀ, ਬਾਕੀ ਉਹਦੀ ਜ਼ਮੀਨ ਆਉਂਦੇ ਸੀ ਉਹ ਸੰਧੂ ਜੱਟ ਵੱਜਦੇ ਸੀ, ਉਹ ਵੀ ਚਾਰ ਘਰ ਉਹਨਾਂ ਦੇ ਸੀ। ਉਹ ਵੀ ਮੁਸਲਮਾਨ ਸੀ? ਉਹ ਵੀ ਮੁਸਲਮਾਨ ਸੀ। ਅੱਛਾ ਜੀ, ਇੱਕ ਘਰ ਸੀਗਾ ਮੌਲਾ ਬਖਸ਼ ਉਹਦਾ ਨਾਂ ਸੀ, ਉਹ ਫਕੀਰ ਸਦਾਉਂਦੇ ਸੀ। ਅੱਛਾ, ਉਹ ਵੀ ਉੱਥੇ ਗੱਲ ਵੀ ਦੋ ਜੋਗਾ ਦੀ ਬਾਈ, ਇੱਕ ਮੁਰੱਬਾ ਉਹ ਵੀ ਲਾਉਂਦੇ ਸੀ। ਅੱਛਾ ਜੀ, ਹੋਰ ਹੋਰ ਉਹਦੀ ਜ਼ਮੀਨ ਗੱਲ ਵੀ ਪਿੱਲੋਂ ਬੰਦੇ ਜਾ ਕੇ ਬਹੁੰਦੇ ਸੀਗੇ ਉਸ ਜਗ੍ਹਾ 'ਤੇ, ਸਰਦਾਰ ਨੇ ਨਾ ਆਪਣੀ ਜ਼ਮੀਨ ਦੇ ਵਿੱਚ ਹਵੇਲੀ ਬਣ ਕੇ ਵਿੱਚ ਖੂਹ ਲੱਗਾ ਸੀ ਅਤੇ ਮਕਾਨ ਪਾ ਕੇ ਦਿੱਤੇ ਸੀ, ਅਸੀਂ ਇੱਕ ਮੁਰੱਬਾ ਜ਼ਮੀਨ ਦਾ ਪਾਉਂਦੇ ਸੀ। ਅੱਛਾ ਜੀ, ਇੱਕ ਮੁਰੱਬਾ ਮੇਰੇ ਚਾਚਿਆਂ ਕੋਲ ਸੀ, ਇੱਕ ਮੁਰੱਬਾ ਉਹ ਪਾਉਂਦੇ ਸੀ। ਅੱਛਾ, ਅਤੇ ਇੱਕ ਮੁਰੱਬਾ ਉਹ ਸਾਡੇ ਰਿਸ਼ਤੇਦਾਰ ਵਿੱਚ ਉਹਦੇ ਭੂਆ ਦੇ ਪੁੱਤ ਸੀ, ਦੋ ਮੁਰੱਬੇ ਉਹ ਪਾਉਂਦੇ ਸੀ, ਦੋ ਦੋ ਚਾਰ ਦੋ ਪੰਜਾਂ ਮੁਰੱਬਿਆਂ ਦੀ ਬਾਈ ਸੀ ਸਾਡੀ ਉੱਥੇ ਸਾਰਿਆਂ ਘਰਾਂ ਦੇ। ਉਸ ਪਿੰਡ ਵਿੱਚ ਮੁਸਲਮਾਨਾਂ ਦੇ ਸਾਰੇ ਘਰ ਕਿੰਨੇ ਕੁ ਸੀ? ਉਹ ਪਿੰਡ ਸਾਰੇ ਘਰ ਮੁਸਲਮਾਨਾਂ ਦੇ
ਇੱਕ ਦੋ ਤੀਹ ਪੈਂਤੀ ਘਰ ਆ ਗਏ ਸੀ। ਕੋਈ ਥੱਕਾ ਸੀਗਾ, ਕੋਈ ਫਕੀਰ ਸੀ, ਕੋਈ ਜਲਾਇਆ ਸੀ, ਕੋਈ ਤੇਲੀ ਸੀ, ਕੋਈ ਮਰਾਸੀਆਂ ਦੇ ਘਰ ਸੀ। ਇਸ ਤਰ੍ਹਾਂ ਦਿੰਦੇ ਬੈਠਾ ਦੇ ਇਹੋ ਘਰ ਸੀ ਜਿਹੜਾ ਮੈਂ ਪਹਿਲਾਂ ਤੈਨੂੰ ਦੱਸਿਆ। ਅਤੇ ਜਿਹੜਾ ਦੀਦਾਰ ਸਿਉਂ ਸੀ ਉਹਨਾਂ ਨਹੀਂ ਪਤਾ ਵੀ ਕਿਹੜਾ ਜੱਟ ਸੀ? ਉਹਨਾਂ ਦੀ ਗੋਦ ਦਾ ਨਹੀਂ ਪਤਾ ਵੀ ਗੋਦ ਕੀ ਸੀ। ਠੀਕ ਹੈ, ਠੀਕ ਹੈ, ਠੀਕ ਹੈ। ਉਹ ਸਰਦਾਰ ਦੀਦਾਰ ਸਿਉਂ ਖਵਾਉਂਦਾ ਸੀ, ਉਹਦੇ ਪਿਓ ਦਾ ਨਾਂ ਧਰਮ ਸੋ ਸੀ। ਅੱਛਾ ਅੱਛਾ। ਅਤੇ ਬਹਰਹਾਲ ਉਹ ਮੇਰੇ ਨਾਨਕਿਆਂ ਦਾ ਪਿੰਡ ਸੀ, ਅਸੀਂ ਉੱਥੋਂ ਦੇ ਰਹਿਣ ਵਾਲੇ ਵੀ ਆ। ਸਾਨੂੰ ਡੇਢ ਸਾਲ ਹੋ ਗਿਆ ਜੀ ਉੱਥੇ ਗਿਆ ਨੂੰ। ਇੱਕ ਹਾੜੀ ਅਤੇ ਇੱਕ ਸੌਲੀ ਆ ਚੁੱਕੀ ਆ, ਅਤੇ ਦੂਸਰੀ ਤੀਸਰੀ ਅਸੀਂ ਸੌਲੀ ਬੀਜ ਕੇ ਛੱਡ ਕੇ ਆ ਗਏ ਇੱਧਰ। ਅੱਛਾ ਅੱਛਾ ਅੱਛਾ। ਉਦੋਂ ਪਿਛਲਾ ਪਿੰਡ ਕਿਹੜਾ ਸੀ ਤੁਹਾਡਾ? ਪਿਛਲਾ ਪਿੰਡ ਪੱਟੀ ਦੇ ਲਾਗੇ ਆਸਲ ਸੀ। ਅੱਛਾ ਬਾਬਾ ਜੀ, ਇਹ ਦੱਸੋ ਇਹ ਜਿਹੜਾ ਦੀਦਾਰ ਸਿਉਂ ਸੀ, ਆਹੋ, ਇਹਦਾ ਤੁਹਾਡੇ ਨਾਲ ਵਰਤਾਰ ਠੀਕ ਸੀ? ਇਹਦਾ ਵਰਤਾਰ ਸਾਡੇ ਨਾਲ ਬਹੁਤ ਚੰਗਾ ਰਿਹਾ। ਪਹਿਲਾਂ ਜਦੋਂ ਗਦਨ ਪਿਆ ਵਾਲਾ ਉਦੋਂ ਇਹਨੇ ਵਰਤਾਰ ਸਾਡੇ ਨਾਲ ਇਹਨੇ ਚੰਗਾ ਨਹੀਂ ਕੀਤਾ। ਅੱਛਾ। ਇਹਨੇ ਫਿਰ ਜੈਸੇ ਲਾਮਾ ਤੋਂ ਸੱਦ ਕੇ ਸਾਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ। ਅੱਛਾ। ਉਹਨੇ ਸਾਨੂੰ ਬਚਾਇਆ। ਇੱਕ ਘਰ ਹੋਰ ਸੀ ਸਿੱਖਾਂ ਦਾ, ਉਹ ਸੀ ਚਾਰ ਪਿਓ ਪੁੱਤ। ਅੱਛਾ। ਅਤੇ ਇੱਕ ਜਿਹੜੀ ਸਰਦਾਰ ਦੇ ਘਰੋਂ ਸੀ ਨਾ ਸਰਦਾਰ ਦੀ, ਉਹਨਾਂ ਕਹਿੰਦੇ ਵੀ ਸਾਨੂੰ ਬਚਾਇਆ। ਉਹਨਾਂ ਆਖਿਆ ਵੀ ਜੇ ਤੁਸੀਂ ਇਹ ਮੁਸਲਮਾਨ ਮਰਵਾਏ ਨਾ ਅਤੇ ਫਿਰ ਅਸੀਂ ਵੀ ਤੁਹਾਡੇ ਨਾਲ ਲੜਾਂਗੇ। ਉਹ ਫਿਰ ਉਹ ਸਰਦਾਰ ਨੇ ਉਹਨਾਂ ਨੂੰ ਕਹਿੰਦੇ ਵੀ ਭਜਾ ਤਾ। ਉਹਨਾਂ ਆਖਿਆ ਬਲੱਟਰੀ ਆ ਗਈ, ਬਲੋਚਿਸਤਾਨੀ ਭੱਜੋ ਪਾਜੇ ਜਾਓਗੇ। ਅੱਛਾ। ਉਹ ਫਿਰ ਲਾਭ ਦੇ ਦੱਸੇ ਜਿਹੜੇ ਸੀ ਉਹ ਭੱਜ ਗਏ। ਅੱਛਾ। ਫਿਰ ਉਹਨਾਂ ਸਾਨੂੰ ਈਸ਼ਾ ਵੇਲੇ ਰਾਤ ਸਾਰੇ ਪਿੰਡ ਨੂੰ ਇਕੱਠਾ ਕਰ ਲਿਆ। ਉਸ ਰਾਤ ਦੀ ਬੇਲੀ ਸੀ ਸਾਰੇ ਮੁਸਲਮਾਨ। ਅੱਛਾ ਜੀ। ਜਿੰਨੇ ਵੀ ਹੈਗੇ ਸੀ ਉਹ ਪਿੰਡ ਦੇ। ਠੀਕ ਹੈ। ਮੈਨੂੰ ਇਸ ਵੇਲੇ ਪਤਾ ਲੱਗ ਗਿਆ ਸੀ ਕੇਸੀ ਕਵੇਰੇ ਪਿਆਜੇ ਨਾਲ ਸਾਨੂੰ ਮਾਰ ਦੇਣਾ ਵਾ। ਅੱਛਾ। ਉਹ ਮੈਂ ਸ਼ਾਮ ਵੇਲੇ ਆਪਦੇ ਮਾਂ ਪਿਓ ਨੂੰ ਆਖਿਆ ਵੀ ਮੈਂ ਇਹਨਾਂ ਆਪਾਂ ਨੂੰ ਅੱਜ ਮਾਰ ਦੇਣਾ। ਅੱਛਾ। ਇਹਨਾਂ ਸਲਾਹ ਕੀਤੀ ਆ ਕਿ ਮੇਰਾ ਇੱਕ ਬੇਲੀ ਸੀ ਸਿੱਖਾਂ ਦਾ ਮੁੰਡਾ, ਮੈਨੂੰ ਉਹਨੇ ਦੱਸਿਆ ਸੀ। ਉਹਦਾ ਕੀ ਨਾਂ ਸੀ? ਉਹਦਾ ਨਾਂ ਵਜ਼ੀਰ ਸਿੰਘ ਸੀ। ਵਜ਼ੀਰ ਸਿਉਂ? ਹਾਂ, ਜੀਤਾ ਜੀਤਾ ਆਉਂਦੇ ਸੀ। ਅੱਛਾ। ਅਤੇ ਉਹਨੇ ਮੈਨੂੰ ਦੱਸਿਆ ਵੀ ਯਾਰ ਤੂੰ ਮੇਰਾ ਬੇਲੀ ਆ ਅਤੇ ਅੱਜ ਸਾਰੇ ਪਿੰਡ ਨੇ ਸਲਾਹ ਕੀਤੀ ਵੀ ਤੁਹਾਨੂੰ ਅੱਜ ਮੁਸਲਮਾਨਾਂ ਨੂੰ ਇਹਨਾਂ ਮਾਰ ਦੇਣਾ। ਅੱਛਾ। ਉਹ ਮੈਂ ਆਪਦੇ ਮਾਂ ਪਿਓ ਨੂੰ ਆਖਿਆ ਵੀ ਮੈਂ ਭੱਜ ਜਾਂਦਾ ਵਾਂ। ਉਹ ਮੈਨੂੰ ਆਖਣ ਵੀ ਨਾ ਭੱਜ, ਵੀ ਆਪਾਂ ਮਰਾਂਗੇ ਤੇ ਸਾਰੇ ਇਕੱਠੇ ਮਰ ਜਾਂਗੇ। ਠੀਕ ਹੈ। ਵੀ ਜੇ ਅਸੀਂ ਬਚਾਂਗੇ ਤੇ ਆਪਾਂ ਸਾਰੇ ਇਕੱਠੇ ਬਚ ਜਾਂਗੇ। ਅੱਛਾ ਜੀ। ਵੀ ਜੇ ਅਸੀਂ ਬਚ ਗਏ ਤੇ ਸਾਨੂੰ ਤੇਰਾ ਦਾ ਰਹੂਗਾ, ਤੇ ਜੇ ਤੂੰ ਬਚ ਗਏ ਅਸੀਂ ਬਣ ਗਏ ਤੇ ਸਾਡਾ ਤੈਨੂੰ ਰਹੂਗਾ। ਉਹ ਮੈਂ ਉਹਨਾਂ ਵਾਕਿਆ ਵੀ ਨਹੀਂ ਇਹਨਾਂ ਮਾਰ ਦੇਣਾ, ਮੈਨੂੰ ਭੱਜ ਜਾਣ ਦਿਓ। ਤੁਹਾਡੇ ਨਾਲ ਇਹਨਾਂ ਨੂੰ ਖਾਸ ਵੈਰ ਸੀ ਕੋਈ? ਸਾਰਿਆਂ ਮੁਸਲਮਾਨਾਂ ਨੂੰ ਮਾਰਨਾ ਸੀ ਉਹਨਾਂ ਕੋਲ, ਜਾਦੂ ਕੱਲਿਆ ਨਹੀਂ ਸੀ ਮਾਰਨਾ। ਅੱਛਾ ਅੱਛਾ। ਤੁਹਾਨੂੰ ਪਤਾ ਲੱਗ ਗਿਆ? ਸਾਨੂੰ ਮੈਨੂੰ ਪਤਾ ਲੱਗ ਗਿਆ, ਉਹ ਠੇਕੇ ਨੇ ਦੱਸਤਾ, ਉਹਨਾਂ ਦੀ ਸਲਾਹ ਕੀਤੀ ਸੀ। ਤੁਹਾਡੇ ਬੇਲੀ ਨੇ ਤੁਹਾਨੂੰ ਦੱਸਿਆ? ਆਹੋ। ਬਈ ਬਚ ਜਾਓ, ਬਚਿਆ ਜਾਂਦਾ ਜੇ ਤਾਂ। ਬਦਲਾ ਕੀ ਸੀ ਉਹਨੇ? ਬਦਲਣ ਵਾਲਾ ਕੋਈ ਲੜ ਵੀ ਨਹੀਂ ਸੀ। ਉਹਨੇ ਦੱਸਿਆ ਵੀ ਅੱਜ ਤੁਹਾਨੂੰ ਮਾਰ ਦੇਣਾ ਇਹਨਾਂ। ਉਹ ਮੇਰੀ ਮਾਂ ਅੱਲਾ ਬਖਸ਼ ਕਹਿਣ ਲੱਗੀ ਵੀ ਤੂੰ ਭੱਜਣਾ, ਤੂੰ ਭੱਜ ਕੇ ਕਿਧਰ ਜਾਵੇਗਾ? ਅੱਛਾ। ਚੱਲ ਮੈਂ ਤੈਨੂੰ ਵਕੀਲਾਂ ਦੇ ਘਰ ਛੱਡ ਆਉਂਦੀ ਆ। ਉਹ ਸਾਈ ਲੋਕ ਆ, ਉਹਨਾਂ ਨੂੰ ਖੋਲਿਆ ਦਰਵੇਸ਼ ਕਰਕੇ ਉਹ ਨਾ ਮਾਰਨੇ ਸਿੱਖ। ਉਹ ਮੇਰੀ ਮਾਂ ਉਹਨਾਂ ਦੇ ਵਕੀਲਾਂ ਦੇ ਘਰ ਛੱਡ ਆਈ, ਉਹ ਤਾਂ ਨੇੜੇ ਸੀਗਾ ਵਕੀਲਾਂ ਦਾ ਘਰ ਵੀ। ਠੀਕ ਹੈ। ਉਹ ਸਾਰੇ ਸਿੱਖ ਪਏ ਹੀ ਸਾਨੂੰ, ਸਾਰੇ ਪਹਿਲਾਂ ਪਏ ਹੀ ਵਕੀਲਾਂ ਦੇ ਘਰ ਜਾ ਕੇ। ਅੱਛਾ। ਤੁਸੀਂ ਉੱਥੇ ਲੁਕੇ ਸੀ? ਉਹ ਫਿਰ ਮੰਮੀ ਉੱਥੇ ਦਾ ਇੱਕ ਜਲਾਇਆ ਦਾ ਮੁੰਡਾ ਸੀ, ਉਹ ਵੀ ਉਹਨਾਂ ਦੇ ਘਰ ਆਣ ਕੇ ਲੁਕਿਆ ਸੀ। ਅੱਛਾ। ਦੇਖੋ ਫਕੀਰ ਸੀਗਾ। ਠੀਕ ਹੈ। ਉਹਦੀ ਨੂੰਹ ਲੈ ਕੇ ਖੋ ਕੇ ਸਿੱਖ, ਉਹਨੇ ਦੀ ਰਲਾਸੀਆਂ ਦੂਸੀਆਂ ਲੈ ਕੇ ਤੂੰ ਮਾਮਾ ਲੈ ਗਏ। ਉਹ ਜਦੋਂ ਮੁੜ ਕੇ ਆਏ ਨਾ, ਉਹ ਪੈਰਾਂ ਦਾ ਰਾਤ ਹਨੇਰੀ ਸੀ। ਠੀਕ ਹੈ। ਪੈਰਾਂ ਦਾ ਖੜਕਾ ਸੁਣਿਆ, ਉਹਨਾਂ ਦੇ ਬਜ਼ੁਰਗ ਦੀ ਇੱਕ ਦਰਬਾਰ ਬਣਿਆ ਸੀ ਕਾਲਗਾਈ ਦਾ ਕੰਧੇ ਨਾਲ। ਠੀਕ ਹੈ। ਉਹਦੇ ਨਾਲ ਨਾਲ ਬੂਝੇ ਹੋ ਗਏ ਸੀ ਸਰਕੜੇ ਦੇ। ਅੱਛਾ। ਉਹ ਅਸੀਂ ਤਿੰਨ ਬੰਦੇ ਦੇ ਲਈ ਸਾਡਾ ਭੱਜ ਕੇ ਉਹਨਾਂ ਬੂਝਿਆਂ 'ਚ ਲੋਕ ਗਏ, ਉਹਨਾਂ ਦੇ ਘਰੋਂ ਨਿਕਲ ਕੇ ਨਾਲ ਲੋਕ ਗਏ ਬੂਝਿਆਂ 'ਚ, ਵਕੀਲਾਂ ਦੇ ਘਰੋਂ ਨਿਕਲ ਕੇ। ਅਤੇ ਉਹ ਬੂਝਿਆਂ 'ਚ ਉਹ
ਉਹਨਾਂ ਦਾ ਦਰਬਾਰ ਵੀ ਉਹ ਵਿੱਚੇ ਟੱਕੀ ਹੈ ਅਤੇ ਵਿੱਚੇ ਸੀ ਭੇਜੀ ਦੇ। ਅੱਛਾ ਅੱਛਾ। ਅਤੇ ਉਹ ਮੇਰੇ ਅਸੀਂ ਤਾਂ ਉਹਨਾਂ ਬੁੜੀਆਂ 'ਚ ਤਿੰਨ ਬੰਦੇ ਲੁਕੇ ਦਾ। ਅੱਛਾ। ਬਾਕੀ ਦੇ ਬੰਦੇ ਬੁੜੀਆਂ ਉਹਨਾਂ ਦੇ ਜਿਹੜੇ ਸੀ ਉਹ ਸਾਰੇ ਉਹਨਾਂ ਸਾਰੇ ਪਿੰਡ ਦੇ ਮੁਸਲਮਾਨ ਨੇ ਇਕੱਠਾ ਕੱਢੇ ਕਰ ਲਏ। ਅੱਛਾ। ਉਹ ਸਰਦਾਰ ਦੀ ਹਵੇਲੀ 'ਚ। ਅੱਛਾ, ਸਰਦਾਰ ਦੀਦਾਰ ਸਿੰਘ ਦੀ ਹਵੇਲੀ 'ਚ। ਆਹੋ। ਹਾਂ। ਅਤੇ ਉੱਥੇ ਇਕੱਠੇ ਕਰਕੇ ਸਾਰੇ ਪਿੰਡ ਉਹਦਾ ਸਾਲੋ ਇਕੱਲੇ ਦਾ ਮੌਕਾ ਸੀਗਾ ਵੱਡਾ ਜਿਮੀਦਾਰ ਸੀ। ਅਤੇ ਉਹ ਫਿਰ ਇੱਧਰ ਜਿਹੜਾ ਹਾਤਾ ਸੀ ਇੱਧਰਲਾ ਹਾਤਾ ਠੱਡੇ ਹਾਤਾ ਉਹ ਪਖੀ ਸਿੱਖਾਂ ਦੀ ਹਵੇਲੀ ਸੀ। ਉਹ ਸਿੱਖਾਂ ਰਾਤ ਨੂੰ ਅਗਰ ਘਰ ਲੈ ਜਾਂਦੇ ਸੀ ਤਾਂ ਡੇਰੇ ਉੱਥੇ ਹਵੇਲੀ 'ਚ ਲੈਣ ਕੇ ਬੰਨ ਬੋਲ ਲੈਂਦੇ ਹਵੇਲੀ ਸੁੱਜੀ ਸੀ। ਮਾਲ ਡੰਗਰ। ਆਹੋ ਠੀਕ ਹੈ। ਇੱਕ ਮੁੰਡਾ ਹੋਰ ਸੀਗਾ ਜਿਲ੍ਹਾ ਦਾ ਉਹ ਉਹਨਾਂ ਦੇ ਕੋਠੇ ਦੇ ਉੱਤੇ ਲੰਮਾ ਪਿਆ ਸੀਗਾ ਦਿਨ ਬਾਅਦ ਸਿੱਖਾਂ ਦੇ ਤੇ। ਅੱਛਾ। ਉਹ ਵੀ ਫਿਰ ਉਹ ਬੂਝਿਆਂ ਵੱਲ ਨੂੰ ਨਾ ਕੋਠੇ ਉੱਤੋਂ ਲਮਕਿਆ। ਜਦੋਂ ਲਮਕਿਆ ਥੱਲੇ ਅਸੀਂ ਬੈਠੇ ਅਸੀਂ ਮਲੂਮ ਕੀਤਾ ਵੀ ਇਹ ਵੀ ਕੋਈ ਸਾਡੇ ਨਾਲ ਦਾ ਮੁਸਲਮਾਨ ਹੀ ਨਾ। ਠੀਕ ਹੈ। ਅਸੀਂ ਫਿਰ ਥੋੜ੍ਹਾ ਜਿਹਾ ਪਾਸੇ ਹੋ ਗਏ। ਉਹਨੇ ਗੱਲ ਮਾਰਤੀ ਉਹ ਵੀ ਫਿਰ ਅਸੀਂ ਚਾਰ ਬੰਦੇ ਹੋ ਗਏ ਲੁਕੇ ਹੋਏ ਸੀ ਜਿਹੜੇ। ਹਾਂ। ਜਾਣ ਪਛਾਣ ਪਰੋਂ ਅਸੀਂ ਫਿਰ ਚਾਰ ਬੰਦੇ ਹੋ ਗਏ। ਠੀਕ ਹੈ। ਕੰਧ ਬਾਹਰ ਬਾਹਰ ਲੱਗਦੀ ਸੀ ਉਹ ਜਦੋਂ ਅਸੀਂ ਕੰਧ ਉਸਦੀ ਝਾਤਰੀ ਬਾਹਰ ਹੀ ਹੈ ਨਾ ਐਡੀ ਐਡੀ ਕੰਧ ਸੀ ਉਹ ਪਾੜਾ ਲੱਗਾ ਸੀ ਸਿੱਖ ਦਾਲੇ ਦਾਲੇ ਗੱਲ ਪਾਣੇ ਦੇ ਕੋਲ ਉੱਤੇ। ਅੱਛਾ। ਅਸੀਂ ਫਿਰ ਬਹਿ ਗਏ ਕੋਈ ਰਾਤ ਦੇ 2 ਵਜੇ ਨਾ ਬੱਦਲ ਚੜਿਆ ਤੇ ਛਿੱਟਾ ਲਿਆ ਪਈਆਂ ਉਹ ਕਣੀਆਂ ਬੜੀਆਂ ਮੋਟੀਆਂ ਮੋਟੀਆਂ ਲੱਥੀਆਂ। ਅੱਛਾ। ਉਹ ਪਾੜੇ ਵਾਲੇ ਸਿੱਖ ਭੱਜ ਕੇ ਗੱਲ ਵੀ ਅੰਦਰ ਵੱਲ ਗਏ ਅਸੀਂ ਕੱਢ ਲੱਪੇ ਅਸੀਂ ਕੱਢ ਲੱਭ ਕੇ ਤੇ ਕੋਟ ਸੀ ਇੱਕ ਮਾਮ ਦਿਖਾਉਂਦਾ ਪਠਾਣਾ ਦਾ ਪਿੰਡ। ਅੱਛਾ। ਉਹ ਸਾਰਾ ਪਿੰਡ ਮੁਸਲਮਾਨਾਂ ਦਾ ਸੀ। ਠੀਕ ਹੈ। ਅਸੀਂ ਫਿਰ ਫਸਲਾਂ ਬੀਜੀ ਹੋ ਗਏ ਨਾ ਡਾਂਡੇ ਬੀਜਦੇ ਤੇ ਗੱਲਬਾਤ ਵੀ ਅਸੀਂ ਨਵਾਜ਼ ਵੇਲੇ 4 ਬੰਦੇ ਅਸੀਂ ਉੱਥੇ ਕੋਟ ਪਹੁੰਚ ਗਏ। ਅੱਛਾ। ਅੱਗੇ ਕੋਟ ਪਿੰਡ ਬੜਾ ਤਗੜਾ ਸੀ ਤੇ ਉਹ ਸਾਰੇ ਮੁਸਲਮਾਨਾਂ ਦਾ ਸੀ ਉੱਥੇ ਸਿੱਖ ਕੋਈ ਨਹੀਂ ਸੀ। ਠੀਕ ਹੈ। ਤੇ ਲਾਮਾ ਤੋਂ ਵੀ ਸਾਡੇ ਆਗੂ ਭੱਜ ਭੱਜ ਕੇ ਲੋਕ ਉੱਥੇ ਬੜੇ ਇਕੱਠੇ ਹੋਏ ਸੀ। ਅੱਛਾ। ਬਹੁਤ ਖਲਕਤ ਉੱਥੇ ਇਕੱਠੀ ਹੋਈ ਸੀ ਤੇ ਮਿਲਟਰੀ ਉੱਥੇ ਹੈਗੀ ਸੀ ਉਹ ਹਿੰਦੂਆਂ ਦੀ ਲੋਕ ਦਾ। ਠੀਕ ਹੈ। ਬਲੋਚਿਸਤਾਨ ਵੀ ਪਾਕਿਸਤਾਨ ਦੀ ਮਿਲਟਰੀ ਦਾ ਕੋਈ ਬੰਦਾ ਨਹੀਂ ਸੀ। ਠੀਕ ਹੈ। ਉਹ ਫਿਰ ਅਸੀਂ ਨਮਾਜ਼ ਵੇਲੇ ਉੱਥੇ ਚਲੇ ਗਏ ਰਾਤ ਫਿਰ ਅਸੀਂ ਗਏ ਉੱਥੇ ਦਿਨੇ ਉਹਨਾਂ ਨੇ ਮਿਲਟਰੀ ਵਾਲੇ ਆਖਿਆ ਵੀ ਚਲੋ ਤੁਹਾਨੂੰ ਅਸੀਂ ਨਾ ਪੱਟੀ ਕੰਮ ਹੀ ਸਾਡਾ ਉਹਨੇ ਆ ਉਹਦੇ ਮੁਸਲਮਾਨ ਮਿਲਟਰੀ ਸੀ। ਠੀਕ ਹੈ। ਤੇ ਤੁਸੀਂ ਐਂ ਕੰਮ ਕਰੋ ਵੀ ਦੁਨੀਆਂ ਬਹੁਤ ਜ਼ਿਆਦਾ ਵਾ ਅੱਧੇ ਕੁ ਲੋਕ ਅੱਜ ਤੋਂ ਧੋ ਅਤੇ ਅੱਧੇ ਅੱਧੇ ਭਰ ਕੇ ਛੱਡ ਆਵਾਂਗੇ। ਠੀਕ ਹੈ। ਉਹ ਫਿਰ ਜਿਹੜੇ ਲਾਮਾ ਤੋਂ ਲੋਕ ਆਏ ਸੀ ਨਾ ਉਹ ਕਾਫਲਾ ਬਹੁਤ ਵੱਡਾ ਉਹ ਫਿਰ ਗੱਲ ਵੀ ਉਹ ਲੈ ਤੋੜ ਲਏ। ਠੀਕ ਹੈ। ਉਹਨੂੰ ਤੋੜ ਕੇ ਤੇ ਕਿ ਸ਼ਹਿਰੇ ਵਾਲੀ ਕੋਠੀ ਸੀ ਉਹ ਕੋਠੀ ਲਿਆਣ ਕੇ ਉੱਥੇ ਰਾਤ ਇੱਕ ਉਹਨਾਂ ਨੂੰ ਉੱਥੇ ਰੱਖਿਆ ਉਹਨਾਂ ਉਹਦੇ ਰਾਤ ਰੱਖਿਆ ਉੱਥੇ ਡੋਗਰਾ ਮਿਲਟਰੀ ਦਾ ਹੈੱਡਕੁਆਰਟਰ ਸੀ ਉੱਥੇ ਉਹਨਾਂ ਦੇ ਤੰਬੂ ਤੁੰਬੂ ਉੱਥੇ ਉਹ ਰਹਿੰਦੇ ਸੀ। ਠੀਕ ਹੈ। ਅਤੇ ਉੱਥੇ ਉਹਨਾਂ ਰਾਤ ਉਹਨਾਂ ਨੂੰ ਰੱਖਿਆ ਬਿਨੇ ਉੱਥੋਂ ਉਹਨਾਂ ਨੂੰ ਤੋੜ ਕੇ ਪੱਟੀ ਉੱਥੋਂ ਇੰਨੀ ਕੁ ਹੈਗੀ ਜਿੰਨਾ ਕਿ ਚਿੱਠਿਆ ਜਵਾਲ ਆ। ਠੀਕ ਹੈ। ਉਹ ਫਿਰ ਜਿਹੜੇ ਕੰਮ ਹੀ ਛੱਡ ਗਏ ਸਾਨੂੰ ਫਿਰ ਉੱਥੋਂ ਤੋੜਿਆ ਅਗਲੇ ਦਿਨ। ਅੱਛਾ। ਉਹ ਅਗਲੇ ਦਿਨ ਫਿਰ ਕਾਫਲਾ ਸਾਡਾ ਬੜਾ ਵੱਡਾ ਸੀ ਸਾਡਾ ਕਾਫਲਾ ਸੀ ਕੰਮ ਤੋਂ ਕੰਮ ਤੁਰਨਾ ਵੀ ਲਾ ਜਾ ਉਹ ਫਿਰ ਉਦਣ ਉਹਨੇ ਸਾਡੇ ਵਾਲੇ ਕਾਫਲੇ ਤੇ ਉਹਨਾਂ ਨੇ ਗੱਲ ਕੀਤੀ ਵੀ ਇਹ ਕਾਫਲਾ ਮਾਰਨਾ ਵਾ। ਅੱਛਾ। ਉਹ ਫਿਰ ਅੱਗੇ ਜਥੇ ਇਕੱਠੇ ਹੋਏ ਬੈਠੇ ਸੀ ਸਾਡੇ ਜਾਂਦਿਆਂ ਨੂੰ ਉਹ ਰਾਤ ਉਹ ਜਿਹੜੇ ਮਿਲਟਰੀ ਵਾਲੇ ਸੀ ਨਾ ਉਹਨਾਂ ਵਿੱਚੋਂ ਖੂਬ ਜਨਾਨੀਆਂ ਵੀ ਮਿਲਟਰੀ ਵਾਲੇ ਆਪਣੇ ਤੰਬੂਆਂ 'ਚ ਲਿਜਾ ਕੇ ਨਾ ਉਹਨਾਂ ਦੀ ਮੇਰੇ ਨਾਲ ਜਾਤੀ ਵੀ ਕੀਤੀ। ਅੱਛਾ ਜੀ। ਉਹ ਫਿਰ ਬੰਦਿਆਂ ਦੀ ਬੰਦੇ ਇੱਥੇ ਹੱਥ ਬੁੱਧਰ ਅਸੀਂ ਖਾਧੀ ਦਾ ਉਹਨਾਂ ਮਸ਼ੀਨ ਕੱਢ ਬੀਜ ਕੇ ਅਤੇ ਕਾਫਲਿਆਂ ਨੂੰ ਮੂੰਹ ਕਰਕੇ ਲਾੜੀ ਚ ਲਿਆ ਤੀ ਸੀ। ਅਸੀਂ ਉਹ ਸੋਚਿਆ ਵੀ ਅਸੀਂ ਪੈ ਵੀ ਜਾਈਏ ਇਹਨਾਂ ਨੂੰ ਤੇ ਇਹਨਾਂ ਮਸ਼ੀਨ ਬੀਜ ਕੇ ਮਾਰ ਦੇਣਾ ਵਾ। ਇਹ ਕਿਹੜੀ ਜਗ੍ਹਾ ਕੰਮ ਹੋਇਆ ਸੀ? ਇਹ ਹੋਇਆ ਸੀਗਾ
ਪੱਟੀ ਤੋਂ 3 ਕਮੀਲ ਪਰਾਂ। ਅੱਛਾ, ਪੱਟੀ ਤੋਂ 3 ਕਮੀਲ ਪਰਾਂ ਹੋਇਆ? ਹਾਂਜੀ, ਪੱਟੀ ਤੋਂ 3 ਮੀਲ ਸੀ। ਉੱਥੇ ਮੇਰੇ ਪਏ ਸੀ ਹਜ਼ਾਰ ਜੀ ਦਰਬਾਰ ਜ਼ਮੀਨ। ਉੱਥੇ ਆਣ ਕੇ ਅੱਗੇ ਜੈਸੇ ਅੱਗੇ ਬੈਠੇ ਸੀ, ਉਹ ਅੱਗੋਂ ਘਰ ਵੀ ਕਾਫਲਾ ਜਿਵੇਂ ਜਿਵੇਂ ਆਉਂਦਾ ਗਿਆ ਨਾ, ਜਿਵੇਂ ਜਿਵੇਂ ਉਹ ਬੰਦੇ ਮਾਰੀ ਬੱਲੀ ਬੱਲੀ ਗਏ, ਫਿਰ ਉਹ ਅੱਗੇ ਜੈਸੇ ਇਕੱਠੇ ਹੋਏ ਜੈਸੇ ਬੈਠੇ ਸੀ, ਉਹ ਕਾਫਲਾ ਜਿਵੇਂ ਜਿਵੇਂ ਆਉਂਦਾ ਸੀ ਅੱਗੋਂ ਵੱਡੀ ਜਾਂਦੇ ਸੀ। ਉਹ ਜਦੋਂ ਅਸੀਂ ਉੱਥੇ ਆਪਣੇ ਨਾ, ਅੱਛਾ, ਬਹੁਤ ਬੰਦੇ ਸੀ, ਉਹ ਮਿਲਟਰੀ ਵਾਲੇ ਵੀ ਉੱਥੇ ਆਪਣੇ, ਤੇ ਉਹਦੇ ਫਿਰ ਉਹਨਾਂ ਨੇ ਕੀ ਕੰਮ ਕੀਤਾ ਵੀ, ਇੱਕ ਮੇਰਾ ਮਾਮਾ ਸੀਗਾ, ਹਾਂਜੀ, ਉਹਦੇ ਮੈਂ ਕਾਬਲੇ ਚੋਂ ਨੇੜ ਕੇ ਆਪਣੇ ਪਿੰਡ ਨੂੰ ਭੱਜੇ ਆ, ਉਹ ਜਿਹੜਾ ਪਹਿਲਾਂ ਪਿੰਡ ਸੀ ਸਾਡਾ ਆਸਲ, ਉਹ ਵੀ ਉੱਥੋਂ 2 ਕਮੀਲ ਪਹਿਲਾਂ ਸੀ। ਠੀਕ ਹੈ, ਅਸੀਂ ਉਹਦੇ ਨੂੰ ਭੱਜੇ ਆ ਤੇ ਅੱਗੋਂ ਫਿਰ ਸਿੱਖ ਕਦੇ ਭੱਜੇ ਆਉਂਦੇ ਸੀ, ਅਸੀਂ ਭੌਂਕੇ ਤੇ ਫਿਰ ਕਦੇ ਵੀ ਕਾਬਲੇ ਤਿਆਰ ਬਣੇ। ਮੈਂ ਕੋਸ਼ਿਸ਼ ਕੀਤੀ ਵੀ ਆਪਦੇ ਮਾਮੇ ਨਾਲ ਨੂੰ ਰਲਾ ਇਕੱਠੇ ਹੋਈਏ। ਅੱਛਾ ਜੀ, ਮੈਂ ਉਹਨੂੰ ਜਿਹੜੇ ਭੱਜਿਆ ਤੇ ਉਹ ਜਿਹੜੇ ਡੋਗਰਾ ਬਣੇ ਗਿਆ ਉਹਦਾ ਮਸ਼ੀਨ ਕਾ ਜ਼ਮੀਰ ਸੀ, ਉਹ ਜਦੋਂ ਨਾ ਉਹ ਘੋੜਾ ਦੱਬਿਆ ਨਾ ਤੜ ਤੜ ਹੋਈ, ਤੇ ਦੁਨੀਆਂ ਗੱਲ ਵੀ ਜਿਵੇਂ ਤਾਲਾ ਪੁੱਜੀ ਆ ਇੱਥੇ ਡਿੱਗੀ, ਤੇ ਗੋਲੀਆਂ ਵੀ ਮੈਨੂੰ ਦਿੱਤੀਆਂ ਜਿਵੇਂ ਬਾਰਿਸ਼ ਹੁੰਦੀ ਆ, ਨਹੀਂ ਤਾਂ ਮੈਂ ਫਿਰ ਇੰਨਾ ਕੁ ਗੋਲੀਆਂ ਤੋਂ ਨਾ 2 ਘਰਮਾ ਫਿਆ ਖਲੋ ਗਿਆ। ਉਹ ਫਿਰ ਮੈਂ ਆਖਾਂ ਨਾ ਵੇਖ ਕੇ ਚੰਗੀ ਤਰ੍ਹਾਂ, ਫਿਰ ਮੈਂ ਫਿਆ ਨੂੰ ਭੱਜ ਪਿਆ। ਅੱਛਾ ਜੀ, ਅੱਗੇ ਸਿੱਖ ਖਲੋਤੇ ਸੀ 20-25 ਬੰਦੇ ਨੇੜ ਕੇ ਭੱਜੇ ਪੱਟੀ ਨੂੰ, ਉਹ ਸਿੱਖ ਜਿਹੜੇ ਸੀ ਉਹ ਅੱਧੇ ਕੈ ਨੂੰ ਹੋ ਗਏ, ਅੱਧੇ ਕੈ ਨੂੰ ਹੋ ਗਏ, ਉਹਨੇ ਰਾਹ ਦੇ ਦਿੱਤਾ। ਮੈਂ ਉਹਨਾਂ ਕੋਲ ਨਾਲੋਂ ਥੋੜ੍ਹਾ ਜਿਹਾ ਪਿਛਾ ਜਾਂਦਾ ਤਾ, ਜਿਵੇਂ ਉਹ ਲੰਘ ਗਏ ਤੇ ਮੈਨੂੰ ਫਿਰ ਉਹਨੇ ਘੇਰ ਲਿਆ, ਮੈਨੂੰ ਘੇਰ ਲਿਆ, ਮੈਂ ਫਿਰ ਭੌਂਕੇ ਪਿਛਾ ਕਾਫਲੇ ਜਾ ਵੜਿਆ, ਉਹ ਫਿਰ ਮੈਂ ਭੌਂਕੇ ਫਿਰ ਕਾਫਲੇ ਜਾ ਵੜਿਆ, ਕਾਫਲੇ ਚੋਂ ਫਿਰ ਪਰੋ ਬੰਦੇ ਨਿਕਲੇ 10-15। ਠੀਕ ਹੈ, ਫਿਰ ਅਸੀਂ ਐਂ ਭੱਜੇ ਉਹ ਸਿੱਖ, ਫਿਰ ਜਿਹੜੇ ਸੀ ਨਾ ਉਹ ਕੋ ਅੱਧੇ ਘਾਉ ਨੂੰ ਹੋ ਗਏ, ਅੱਧੇ ਕੈ ਨੂੰ, ਉਹ ਮੈਂ ਉਹਨਾਂ ਦੇ ਅੱਗੇ ਸਾਂ, ਮੈਂ ਤਾਂ ਨਿਕਲ ਗਿਆ। ਅੱਛਾ ਜੀ, ਉਹ ਬੰਦੇ ਫਿਰ ਉਹਨਾਂ ਵੱਲ ਲਏ। ਅੱਛਾ ਜੀ, ਉਹ ਫਿਰ ਫਿਆ ਨੂੰ ਭੱਜ ਗਏ, ਮੈਂ ਫਿਰ ਜਿਉਂ ਭੱਜਿਆ ਵਾ ਨਾ ਉੱਥੋਂ, ਉਹ ਜਿਹੜੇ ਮੈਥੋਂ ਅੱਗੇ ਬੰਦੇ 20-25 ਆਏ ਸੀ, ਉਹਨਾਂ ਬੰਦਿਆਂ ਨੂੰ ਮੈਂ ਜਾਣੀ ਗੱਲ ਉਹ ਪੱਟੀ ਇੱਦਾਂ ਰੋਈ ਸੀ ਤੇ ਰੋਈ ਤੋਂ ਪਾਰ ਪੱਟੀ ਸੀ, ਮੈਂ ਉਹਨਾਂ ਨੂੰ ਉਹ ਰੋਈ ਦੇ ਕਹਿੰਦੇ ਧਿਆਨ ਮਿਲਿਆ। ਅੱਛਾ ਜੀ, ਉੱਥੋਂ ਉਹਨਾਂ ਮਾਰਤਾ ਨਾਰਾ, ਨਾਰਾ ਇਉਂ ਮਾਰਤਾ ਉਹਨਾਂ ਦੇ ਲਾਗੇ ਵੀ ਪੱਟੀ ਮੁਸਲਮਾਨ ਦੀ ਤਾਦਾਦ ਬਹੁਤ ਸੀ, ਵੀ ਮੁਸਲਮਾਨ ਬੈਠੇ ਹੋਣਗੇ, ਠੀਕ ਹੈ, ਤੇ ਸਾਡੀ ਇਮਦਾਦ ਕਰਨਗੇ, ਉਹ ਮੁਸਲਮਾਨ ਸਾਰੇ ਉੱਠ ਕੇ ਆ ਗਏ ਸੀ, ਇਹਨੂੰ ਪਤਾ ਹੀ ਯਾਦ ਆ ਕੇ ਸਿੱਖ ਪੱਟੀ ਬੈਠੇ ਸੀ। ਅੱਛਾ, ਉਹ ਸਾਨੂੰ ਫਿਰ ਸਗੋਂ ਅੱਗੋਂ ਸਿੱਖ ਪੈ ਗਏ। ਅੱਛਾ ਜੀ, ਉਹ ਮੇਰੇ ਸੀ ਕੋਈ ਉਹਨਾਂ ਮਾਰਤੇ ਕੋਈ ਲੋਕੇ, ਅਸੀਂ 2 ਬੰਦੇ ਰਹਿ ਗਏ ਹਾਂ। ਅੱਛਾ ਜੀ, ਇੱਕ ਮੈਂ ਸਾਂ ਤੇ ਉਦੋਂ ਮੈਨੂੰ ਮੋਸ਼ ਫੋੜਦੀ ਸੀ, ਉਦੋਂ ਮੈਂ ਭਾਰਤੀ ਬਣ ਨਹੀਂ ਸਾਂ, 17-18 ਸਾਲ ਉਮਰ ਸੀ। ਹਾਂ, 18-20 ਸਾਲ ਦਾ ਸਾਂ। ਅੱਛਾ ਜੀ, ਤੇ ਜਿਹੜਾ ਮੇਰੇ ਨਾਲ ਸੀਗਾ ਉਹ ਘੁਮਿਆਰ ਸੀਗਾ ਜਾਤ ਦਾ, ਉਹ ਜੋ ਅੱਧ ਕੁ ਉਮਰ ਸੀ ਉਹਨੇ ਦਾੜੀ ਰੱਖੀ ਸੀ। ਅੱਛਾ ਜੀ, ਅਸੀਂ 2 ਬੰਦੇ ਰਹਿ ਗਏ ਹਾਂ। ਅੱਛਾ, ਉਦੋਂ ਹੀ ਅਸੀਂ ਟੱਪੇ ਹਾਂ ਤੇ ਅੱਗੋਂ 2 ਹੀ ਬੰਦੇ ਸਿੱਖ ਸਾਨੂੰ ਦਰਬਾਰਾਂ ਵਾਲੇ ਪੈ ਗਏ। ਅੱਛਾ ਜੀ, ਉਹ ਅਸੀਂ ਉਹਨਾਂ ਦੇ ਅੱਗੇ ਅੱਗੇ ਭਰੇ ਜਾਂਦੇ ਹਾਂ ਤੇ ਇੱਕ ਬਾਜ਼ਾਰ 'ਚ ਪੈ ਗਏ ਅਸੀਂ ਪੱਟੀ 'ਚ। ਅੱਛਾ, ਉਹ ਸਿੱਖ ਇੱਕ ਨੂੰ ਆਉਂਦਾ ਵੀ ਤੂੰ ਇੱਥੇ ਖਲੋ ਜਾ, ਅੱਗੋਂ ਇਹ ਬਾਜ਼ਾਰ ਬੰਦ ਆ, ਗਾਂਹ ਬਾਜ਼ਾਰ ਨਹੀਂ ਨਿਕਲਦਾ, ਹੁਣ ਇਹਨਾਂ ਕਿਹੜੀ ਮਾਂ ਕੋਲ ਜਾਣਾ। ਠੀਕ ਹੈ, ਅੰਮ੍ਰਿਤ ਤਾਂ ਮੈਂ ਦੋਵਾਂ ਨੂੰ ਲੈ ਲੂੰਗਾ, ਤੇ ਨਹੀਂ ਤੇ ਇੱਕ ਨੂੰ ਮੈਂ ਲੈ ਲੂੰਗਾ, ਇੱਕ ਭੌਂਕੇ ਪਿਛਾ ਇੱਧਰ ਆਉਣਾ ਉਹਨੂੰ ਤੂੰ ਲੈ ਲਵੀ। ਅੱਛਾ, ਇਹ ਮੈਂ ਗੱਲ ਸੋਲੀ, ਮੇਰੇ ਕੰਨ 'ਚ ਆਵਾਜ਼ ਪੈ ਗਈ, ਉਹ ਲਾਗੋ ਇੱਧਰਲੀ ਕੰਧ ਉੱਜੜੀ ਡਿੱਗੀ ਸੀ ਕਿਤੇ ਬਾਦਸ਼ਾਹ ਨਾਲ, ਉਹ ਕੰਧ ਐਲੀ ਕੋਲ ਮੈਂ ਮਾਰ ਕੇ ਛਾਲ ਦਿੰਦੇ, ਬਾਜ਼ਾਰ 'ਚ ਪੈ ਗਿਆ ਕੰਧ ਉੱਦੇ। ਅੱਛਾ, ਉਹ ਬੰਦਾ ਵੀ ਮੇਰੇ ਮਗਰੇ। ਠੀਕ ਹੈ, ਉਹ ਮੇਰੇ ਸਾਡੇ ਮਗਰੇ ਦੋਵੇਂ ਸਿੱਖ, ਪਰ ਕੋਈ ਸਾਡਾ 5-7 ਘਰਵਾਂ ਦਸਾਂ ਦਾ ਨਾ, ਇੰਨੇ 'ਚ ਕੋਈ ਸਾਡਾ ਫਰਕ ਪੈ ਗਿਆ। ਅੱਛਾ, ਅੱਗੋਂ ਇੱਕ ਸਿੱਖ ਅੱਗ ਲੈ ਜਾਂਦਾ ਸੀ ਬੱਬਰੇ 'ਚ। ਅੱਛਾ, ਉਹਨਾਂ ਮਗਰਿਆਂ ਨਾਲ ਲਲਕਾਰਾ ਮਾਰਿਆ ਵੀ ਫੜ ਲਓ ਬੁਝਲੇ ਜਾਂਦੇ ਸੀ, ਉਹ ਅੱਗ ਵਾਲੇ ਵੀ ਅੱਗ ਮਾਰੀ ਪਵਾ ਕੇ ਉਹਨੇ ਆਖਿਆ ਫੜ ਲਓ ਬੁਝਲੇ, ਉਹ ਵੀ ਸਾਡੇ ਮਗਰ ਲੱਗ ਗਿਆ। ਅੱਛਾ, ਅੱਗੋਂ ਖਰਾਸਾ ਖਰਾਸ ਦਿੱਤਾ ਸੀ ਸਿੱਖਾਂ ਨੇ, ਉਹਨਾਂ ਵੀ ਲਲਕਰ ਮਾਰਤੀ ਵੀ ਤਗੜੇ ਹੋ ਜਾ, ਅਸੀਂ ਨਹੀਂ ਆ ਗਏ ਸੀ,
ਉਹ ਫਿਰ ਆ ਸੀ ਇੱਥੇ ਵਗਦਾ ਇੱਥੇ ਤੇ ਆਹ ਹੇਠਾਂ ਜਿਹੜਾ ਸੀ ਨਾ ਆਹ ਛੱਪੜ ਸੀਗਾ ਆਹ ਛੱਪੜ ਸੀ ਤੇ ਆਹ ਹੇਠਾਂ ਇੱਥੇ ਦੇ ਬਾਜ਼ਾਰ ਜਾਂਦਾ ਸੀ ਇੱਥੇ ਠੀਕ ਹੈ ਠੀਕ ਹੈ ਅੱਛਾ ਉਹ ਛੱਪੜ ਦੀ ਗੋਠੀ ਜੀਤ ਕੇ ਉਹ ਸਾਰੇ ਮਗਰ ਹੋ ਗਏ ਅਸੀਂ ਬਜਾਰੇ ਬਹਿ ਕੇ ਉਹ ਖਰਾਸ ਕੋ ਆ ਗਏ ਸਾਨੂੰ ਕੋਈ ਪਤਾ ਥੋੜੀ ਸੀ ਵੀ ਅਸਾਂ ਹੁਣ ਕਿੱਥੇ ਜਾਣਾ ਵਾ ਅੱਛਾ ਜੀ ਅਸੀਂ ਫਿਰ ਉੱਥੇ ਨਾ ਭੱਜੇ ਸਾਹ ਦੇ ਮਗਰੋਂ ਸਿੱਖ ਲੱਗੇ ਤੇ ਇੱਕ ਖੱਤਰੀ ਸੀ ਆਪਦੇ ਬੂਹੇ ਦੇ ਘਰ ਵੀ ਖਲੋਤਾ ਅੱਛਾ ਜੀ ਉਹਨਾਂ ਨੂੰ ਭੱਜਿਆ ਨੂੰ ਆਉਂਦਿਆਂ ਨੂੰ ਵੇਖ ਕੇ ਕਹਿਣ ਲੱਗ ਪਿਆ ਹਰੀ ਰੋਮ ਕੈਸਾ ਜ਼ੁਲਮ ਹੋ ਰਿਹਾ ਕੈਸਾ ਜ਼ੁਲਮ ਹੋ ਰਿਹਾ ਜਦੋਂ ਅਸੀਂ ਉਹਦੀ ਬਰਾਬਰ ਤੇ ਆਏ ਤੇ ਉਹਨੇ ਸਾਨੂੰ ਦੱਸਿਆ ਵੀ ਡਾਕ ਬਗਲੇ ਪੱਟੀ ਡਾਕ ਬਗਲਾ ਵੱਜਦਾ ਸੀ ਇੱਕ ਠੀਕ ਹੈ ਉਹਨੇ ਆਖਿਆ ਉੱਥੇ ਤੁਹਾਡਾ ਮੁਸਲਮਾਨਾਂ ਦਾ ਕੰਮ ਲੱਗਾ ਉੱਥੇ ਚੱਲੇ ਜਾਓ ਬਜੜਾ ਦੇ ਠੀਕ ਹੈ ਫਿਰ ਉਹਨੇ ਦੱਸਿਆ ਸਾਨੂੰ ਪਤਾ ਲੱਗਾ ਵੀ ਅਸੀਂ ਡਾਕ ਬਗਲੇ ਕਾਂਪਿਆ ਉੱਥੇ ਜਾਣਾ ਨਹੀਂ ਤੇ ਪਹਿਲਾਂ ਸਾਨੂੰ ਕੋਈ ਪਤਾ ਨਹੀਂ ਸੀ ਅੱਛਾ ਉਹ ਅਸੀਂ ਫਿਰ ਡਾਕ ਬਗਲੇ ਜਾਣਾ ਸੀ ਥਾਣੇ ਦੇ ਬੂਹੇ ਦੇ ਅੱਗੋਂ ਨਹੀਂ ਨਿਕਲ ਕੇ ਬਿਗਲੇ ਅਸੀਂ ਥਾਣੇ ਦੇ ਬੂਹੇ ਥਾਣੇ ਵਾਲੇ ਆਏ ਤੇ ਥਾਣੇ ਦੇ ਬੂਹੇ ਘਰ ਵੀ ਬਹੁਤ ਅੱਛੇ ਖਲੋਤਾ ਅੱਛਾ ਜੀ ਮੈਂ ਫਿਰ ਉੱਥੋਂ ਫਿਰ ਫਿਰਿਆ ਭੱਜ ਗਏ ਨਾ ਤੇ ਥਾਣੇ ਦੇ ਮਗਰ ਵੀ ਹੋਏ ਥਾਣੇ ਦੇ ਮਗਰ ਵੀ ਹੋਏ ਤੇ ਥਾਣੇ ਦੇ ਮਗਰ ਵੀ ਇੱਕ ਉਹਨਾਂ ਦੀ ਮਾਤਾ ਰਾਣੀ ਜੀ ਸੀ ਬਣੀ ਅੱਛਾ ਜੀ ਉੱਥੇ ਫਿਰ ਸਿੱਖ ਬਾਰੇ ਖਲੋਤੇ ਅੱਛਾ ਜੀ ਉਦੋਂ ਅਸੀਂ ਫਿਰ ਇਹਨੂੰ ਭੱਜ ਪਏ ਅਸੀਂ ਭੱਜ ਜਾਂਦੇ ਤੇ ਇੱਧਰ ਉੱਥੇ ਵੀ ਛੱਪੜ ਦਾ ਹਿੱਸਾ ਸੀ ਇੱਧਰ ਛੱਪੜ ਸੀ ਤੇ ਇੱਧਰ ਗੱਲ ਵੀ ਸੜਕ ਸੀ ਠੀਕ ਹੈ ਅੱਗੋਂ ਜਦੋਂ ਛੱਪੜ ਹੋਣਾ ਕੋਈ ਉਹ ਛੱਪੜ ਵੀ ਲਾਮ ਕੰਮ ਤੋਂ ਕੰਮ 2-3 ਕਿੱਲੇ ਠੀਕ ਹੈ ਜੀ ਉਹ ਜਦੋਂ ਅਸੀਂ 1.5 ਕਿੱਲਾ ਚਲੇ ਗਏ ਨਾ ਅੱਗੇ 5-6 ਸਿੱਖ ਫਿਰ ਗੱਲ ਵੀ ਸੜਕ ਦੇ ਵਿੱਚ ਖਲੋਤੇ ਗੱਲਾਂ ਕਰ ਲਏ ਸੀ ਅੱਛਾ ਅੱਛਾ ਜੀ ਹੁਣ ਸਾਡੇ ਮਗਰ ਵੀ ਸਿੱਖ ਆਉਂਦੇ ਸੀ ਅੱਗੇ ਵੀ ਸਿੱਖ ਸੀ ਅਸੀਂ ਹੁਣ ਕਿਹਦੇ ਜਾਣਾ ਸੀ ਉਹ ਇੱਕ ਸਿੱਖ ਨੇ ਆਪਣੀਆਂ ਗੱਲਾਂ 'ਚ ਪਏ ਆ ਸਾਨੂੰ ਨਹੀਂ ਉਹਨਾਂ ਦੇਖਿਆ ਅੱਛਾ ਜੀ ਇੱਕ ਸਿੱਖ ਨੇ ਦੇਖਿਆ ਉਹਨੇ ਬਰਸੀ ਕਰਤੀ ਮੇਰੇ ਸਿੱਧੀ ਅੱਛਾ ਜੀ ਉਹ ਜਿਹੜਾ ਮੇਰੇ ਨਾਲ ਸੀ ਉਹ ਮੇਰੇ ਮਗਰ ਸੀ ਅੱਗੇ ਮੈਂ ਸਾਂ ਜਦੋਂ ਬਰਸੀ ਸਿੱਧੀ ਕੀਤੀ ਨਾ ਉਹ ਸਿੱਖ ਨੂੰ ਮੈਂ ਜਾਣਦਾ ਸਾਂ ਅੱਛਾ ਉਹ ਸਿੱਖ ਪੱਲੀ ਦੇ ਰਹਿਣ ਵਾਲਾ ਸੀ ਅੱਛਾ ਉਹਦਾ ਕੀ ਨਾਂ ਸੀ ਉਹਦਾ ਨਾਂ ਹੈਗਾ ਸੀ ਸੋਹਣ ਸੋ ਅੱਛਾ ਉਹਨੂੰ ਤੁਸੀਂ ਜਾਣਦੇ ਸੀ ਉਹਨੂੰ ਮੈਂ ਜਾਣਦਾ ਸਾਂ ਉਹ ਸੋਹਣ ਸੋ ਉਹਦਾ ਨਾਂ ਸੀ ਅਤੇ ਉਹ ਕਮੋ ਜੱਟ ਸੀ ਉਹਨਾਂ ਦੀ ਯਾਦ ਵੀ ਕਮੋ ਮਿਲਦੀ ਅਤੇ ਉਹਨਾਂ ਦੀ ਯਾਦ ਦਾ ਪਤਾ ਅੱਛਾ ਕਿਉਂਕਿ ਉਹਦੀ ਤਾਂ ਜ਼ਮੀਨ ਦੀ ਤਾਂ ਸਾਡੇ ਪਿੰਡ ਦੀ ਜ਼ਮੀਨ ਦੀ ਹੱਡ ਲੱਗਦੀ ਸੀ ਅੱਛਾ ਅਤੇ ਅਸੀਂ ਦੁਪਹਿਰ ਨੂੰ ਮਾਲ ਜਾਂਦਿਆਂ ਜਾਂਦੇ ਉਹਦੇ ਖੂਹ ਤੋਂ ਆੜ ਕੇ ਪਾਣੀ ਪੀ ਲਿਆ ਮਾਲ ਨੂੰ ਪਾਣੀ ਲਿਆਉਣਾ ਉਹ ਅਸੀਂ ਉਹਨੂੰ ਤਾਂ ਜਾਣਦੇ ਸਾਂ ਠੀਕ ਹੈ ਮੈਂ ਉਹਨੂੰ ਨਾਂ ਲੈ ਕੇ ਆ ਗਿਆ ਮੈਂ ਕਿਹਾ ਸੋਹਣ ਸਿਆ ਨਾਂ ਮਾਰੀ ਜਦੋਂ ਮੈਂ ਉਹਦਾ ਨਾਂ ਲਿਆ ਨਾ ਵੀ ਨਾਂ ਮਾਰੀ ਉਹਨੇ ਬਰਸੀ ਪਿਛਾ ਕੇ ਚਲੀ ਉਹ ਮੈਨੂੰ ਸਾਈਦਾ ਪੁੱਛਦਾ ਵੀ ਤੂੰ ਕੌਣ ਆ ਮੈਂ ਕਿਹਾ ਮੈਂ ਮੁਹੰਮਦ ਬੂਟੇ ਦਾ ਪੁੱਤ ਆ ਆਸ ਲਾ ਦਿਉ ਉਹ ਫਿਰ ਮੈਨੂੰ ਆ ਗਿਆ ਵੀ ਤੁਸੀਂ ਆ ਛੱਪੜ ਦੇ ਬਿਜਲੀ ਨਿਕਲ ਜਾਓ ਮੈਂ ਤਾਂ ਤੁਹਾਨੂੰ ਨਹੀਂ ਮਾਰਦਾ ਇਹਨਾਂ ਨੇ ਤੁਹਾਨੂੰ ਮਾਰ ਦੇਣਾ ਇਹਨਾਂ ਨੂੰ ਪਤਾ ਲੱਗ ਗਿਆ ਤੇ ਅਸੀਂ ਫਿਰ ਸਿੱਧੇ ਛੱਪੜ ਬਿਜਲੀ ਛਾਲਾ ਮਾਰੀਆਂ ਛੱਪੜ ਜਿਹੜਾ ਉਹਦੀ ਲਾਮ ਹੈਗੀ ਸੀ 3-4 ਕਿੱਲੇ ਅੱਛਾ ਤੇ ਚੜਾ ਉਹਦਾ ਮਸਾਂ ਹੈਗਾ ਸੀਗਾ ਕਿੱਲਾ ਕੁ ਉਹਨਾਂ ਸਿੱਖਾਂ ਨੂੰ ਉਹ ਆਪਣੀਆਂ ਗੱਲਾਂ ਹੀ ਲੱਗੇ ਉਹਨਾਂ ਨੂੰ ਪਤਾ ਉਦੋਂ ਲੱਗਾ ਜਦੋਂ ਅਸੀਂ ਨਾ ਛੱਪੜ ਦੇ ਆਧੇ ਚਲੇ ਗਏ ਅੱਛਾ ਜੀ ਫਿਰ ਉਹ ਗੱਲ ਵੀ ਛੱਪੜ ਦੇ ਆਉਂਦੀ ਜਾਂ ਆਉਂਦੀ ਆਉਂਦੇ ਸਾਨੂੰ ਨਹੀਂ ਮਿਲ ਸਕਦੇ ਫਿਰ ਡਾਕ ਬਗਲਾ ਉੱਥੋਂ ਹੈਗਾ ਸੀ 3-4 ਕਿੱਲੇ ਅੱਛਾ ਜੀ ਅਸੀਂ ਫਿਰ ਛੱਪੜ ਦੇ ਬਿਜਲੀ ਨਿਕਲ ਕੇ ਅਸੀਂ ਤਾਂ ਪੰਜਾਬ ਵਾਲੇ ਡਾਕ ਬਗਲੇ ਉੱਥੇ ਕੰਮ 'ਚ ਅੱਗੇ ਕੰਮ ਹੀ ਸਾਡੇ ਜਾਂਦਿਆਂ ਨੂੰ ਮਲਟਰੀ ਵਾਲਿਆ ਕਾਬਲਾ ਤੋਰ ਰਿਹਾ ਸੀ ਕੰਮ ਉੱਥੇ ਮੈਂ ਕਮਜ਼ੋਰ ਬੰਦੇ ਬੁੜੇ ਜਾਂ ਬੁੜੀਆਂ ਜਨਾਨੀਆਂ ਕੁਝ 40-50 ਬੰਦੇ ਸੀਗੇ ਉਹ ਵੀ ਬੇਕਾਰ ਜਿਹੜੇ ਤੁਰ ਕੇ ਨਹੀਂ ਸੀ ਆਉਣ ਜੋਗੇ ਠੀਕ ਹੈ ਉਹ ਕੰਮ ਦੇ ਵਿੱਚ ਫਿਰ ਅਸੀਂ ਰਾਤ ਉੱਥੇ ਰਹੇ ਹਾਂ ਤੇ ਜਿਹੜੇ ਪਿਛਲੇ ਸੀ ਨਾ ਮੇਰਾ ਮਾਂ ਪਿਓ ਜਾਂ ਚਾਚੇ ਤਾਏ ਜਾਂ ਉਸ ਪਿੰਡ ਦੇ ਮੁਸਲਮਾਨ ਉਹਨਾਂ ਨੂੰ ਉਹਨਾਂ ਦਿਨੇ ਆਖਿਆ ਵੀ ਚਲੋ ਤੁਹਾਨੂੰ ਅਸੀਂ ਕੋਟ ਛੱਡ ਆਉਂਦੇ ਹਾਂ ਉਹ ਕੋਟ ਦਾ ਝਾਸਾ ਉਹਨਾਂ ਦਿੱਤਾ ਕੋਟ ਦਾ ਦੇਣਾ ਉਹਨਾਂ ਮਾਰਨਾ ਸੀ ਉਹਨਾਂ ਸੋਚਿਆ ਵੀ ਜੇ ਇੱਥੇ ਮਾਰੀਏ ਨਾ ਪਿੰਡ 'ਚ ਪਿੰਡੀਆਂ ਲਾਸ਼ਾਂ ਕਿੱਥੇ ਘਰ ਵੀ ਚਾਲੂ ਚੁੱਕਣੀਆਂ ਪੈਣਗੀਆਂ ਅੱਛਾ ਇਹਨਾਂ ਨੂੰ ਪਿੰਡੋਂ ਬਾਹਰ ਕੱਢ ਕੇ ਗੱਲ ਵੀ ਪਿੰਡ ਦੀ ਹੱਦ ਤੋਂ ਦੂਸਰੇ ਪਿੰਡ ਦੀ ਹੱਦ ਜਾ ਕੇ ਮਾਰਾਂਗੇ ਠੀਕ ਹੈ ਉਹ ਰਮੋ ਫਿਰ ਕੋਟੋਂ ਕਾਫਲਾ ਤੁਰ ਪਿਆ
ਅੱਛਾ ਉਹ ਜਿਹੜੇ ਕਾਫਲਾ ਉਹਦਾ ਵੇਖਿਆ ਨਾ ਆਉਂਦਾ ਉਹ ਸਿੱਖ ਦੇ ਡਰ ਕੇ ਉਹਨਾਂ ਦੇ ਇਰਾਦੇ ਚ ਤਾਂ ਵੀ ਖੋਦਿਆ ਕੋਲ ਦੇ ਮੁਸਲਮਾਨ ਸਾਨੂੰ ਆਉਣ ਪਾਇਆ ਠੀਕ ਹੈ ਠੀਕ ਹੈ ਤੇ ਮੁਸਲਮਾਨ ਜਿਹੜੇ ਸੀ ਉਹ ਡਰ ਕੇ ਵੀ ਤੁਹਾਨੂੰ ਇਹ ਵੀ ਜਥਾ ਹੀ ਆਉਣ ਲਿਆ ਅੱਛਾ ਉਹ ਸਿੱਖ ਦੇ ਭੱਜ ਕੇ ਵਿਆਹ ਭੱਜ ਗਏ ਤੇ ਮੁਸਲਮਾਨਾਂ ਫਿਰ ਇਹਨਾਂ ਨੂੰ ਇਸ਼ਾਰੇ ਕੀਤੇ ਵੀ ਆ ਜਾਓ ਅਸੀਂ ਵੀ ਮੁਸਲਮਾਨ ਹੈ ਡਰੋ ਨਾ ਠੀਕ ਹੈ ਇਹ ਫਿਰ ਮੇਰਾ ਮਾਂ ਪਿਓ ਮੇਰੇ ਚਾਚੇ ਤਾਏ ਉਹ ਬੰਦੇ ਉਹਦੇ ਫਿਰ ਰਲ ਕੇ ਉਸ ਕਾਬਲੇ ਦਾ ਪਹਿਲੇ ਦਿਨ ਆ ਗਏ ਉਹ ਅਸੀਂ ਤਾਂ ਕੋਟ ਗਏ ਤਾਂ ਅਸੀਂ ਦੂਸਰੇ ਦਿਨ ਆਏ ਹਾਂ ਅੱਛਾ ਤੇ ਉਸ ਪਿੰਡ ਦੇ ਬੰਦੇ ਫਿਰ ਕੁਝ ਬੰਦੇ ਉਹ ਪਿੰਡ ਦੇ ਜਿਹੜੇ ਸੀ ਨਾ ਉਹ ਪਿੰਡ ਦੀਆਂ ਪੰਜ ਕੁੜੀਆਂ ਰੱਖ ਲਈਆਂ ਉਹਨਾਂ ਦੇ ਕਾ ਅੱਛਾ ਜੀ ਪੰਜ ਕੁੜੀਆਂ ਉਹਨਾਂ ਰੱਖ ਲਈਆਂ ਤੇ ਬਿਲੀਆਂ ਗਏ ਉਹ ਅਸੀਂ ਤੇ ਇੱਥੋਂ ਕਹਿ ਜਾਣਾ ਤੇ ਸਾਡੇ ਤੇ ਅੱਲਾ ਦੀ ਕਰਮਲਬਾਜੀ ਹੋਈ ਸਾਡੇ ਜੀ ਸਾਡੇ ਅਮਲਾ ਮਾਨ ਬਿਲਾਨੀਆਂ ਵੀ ਆ ਗਈਆਂ ਉਹ ਪਿੰਡ ਪਿੰਡ ਦੀਆਂ ਇੱਕ ਤਾਂ ਵਕੀਲਾਂ ਦੀ ਨਾ ਉਹ ਰੱਖੀ ਉਹਨਾਂ ਇੱਕ ਜਲਾਇਆ ਦੀ ਕੁੜੀ ਸੀ ਉਹ ਰੱਖੀ ਇੱਕ ਮੰਨੂ ਘੁਮਿਆਰ ਸੀ ਉਹਦੀ ਕੁੜੀ ਰੱਖੀ ਇੱਕ ਮਰਾਸੀਆ ਦੀ ਕੁੜੀ ਰੱਖੀ ਦੋ ਕੁੜੀਆਂ ਮਰਾਸੀਆ ਦੀਆਂ ਰੱਖੀਆਂ ਪੰਜ ਕੁੜੀਆਂ ਉਹਨਾਂ ਰੱਖ ਲਈਆਂ ਅੱਛਾ ਜੀ ਤੇ ਇਹ ਪੰਜ ਕੁੜੀਆਂ ਕਿਹੜੇ ਪਿੰਡ ਦੀਆਂ ਰੱਖੀਆਂ ਸੀ ਤੁਹਾਡੇ ਪਿੰਡ ਦੀਆਂ ਆਹੋ ਮੇਰੇ ਨਾਨਕਿਆਂ ਦੇ ਪਿੰਡ ਦੀਆਂ ਤੇ ਉਸਮਾ ਉਸਮਾ ਪਿੰਡ ਆ ਪਿੰਡ ਦਾ ਨਾਂ ਸੀ ਉਸਮਾ ਉਸਮਾ ਪਿੰਡ ਦੀਆਂ ਪੰਜ ਕੁੜੀਆਂ ਹਾਂਜੀ ਉਹਨਾਂ ਦੇ ਨਾਂ ਕੋਈ ਯਾਦ ਹੈ ਤੁਹਾਨੂੰ ਸ਼ਾਇਦ ਜਿਉਂਦੀਆਂ ਹੋਣ ਅੱਜ ਵੀ ਕਿਹਨਾਂ ਦੇ ਉਹਨਾਂ ਕੁੜੀਆਂ ਦੇ ਕੁੜੀਆਂ ਦੇ ਹਾਂ ਸ਼ਾਇਦ ਉੱਥੇ ਜਿਉਂਦੀਆਂ ਹੋਣ ਅੱਜ ਵੀ ਉਸ ਇਲਾਕੇ ਦੇ ਵਿੱਚ ਹੋਣ ਉਹ ਉਹਨਾਂ 'ਚੋਂ ਕੋਈ ਜਿਉਂਦੀ ਹੋਵੇ ਜਾਂ ਉਹਨਾਂ ਦੇ ਪਿਵਾਂ ਦੇ ਨਾਂ ਦੱਸ ਦਿਓ ਪਿਵਾਂ ਦੇ ਨਾਂ ਮੈਂ ਜਾਣਦਾ ਹਾਂ ਦੱਸੋ ਜ਼ਰਾ ਇੱਕ ਦਾ ਨਾਂ ਸੀ ਘੁਮਿਆਰ ਸੀ ਉਹ ਬੰਦੂ ਸੀ ਉਹਦਾ ਨਾਂ ਅੱਛਾ ਜੀ ਇੱਕ ਸੀਗਾ ਰੰਗੂ ਸੀ ਉਹਦਾ ਨਾਮ ਉਹਦੇ ਪਿਓ ਦੇ ਕੁੜੀ ਦੇ ਅੱਛਾ ਜੀ ਇੱਕ ਕੁੜੀ ਦੇ ਨਾਂ ਸੀ ਮੇਰੇ ਪਿਓ ਨਾਂ ਸੀ ਮੀਰ ਸਾਈ ਅੱਛਾ ਮੀਰ ਸਾਈ ਤੇ ਇੱਕ ਕੁੜੀ ਦੇ ਪਿਓ ਨਾਂ ਸੀਗਾ ਨਵਾਬ ਨਾ ਉਹਦਾ ਨਵਾਬ ਤੇ ਜ਼ਿਆਦਾ ਲੌਕੀਆ ਲੌਕੀਆ ਉਹਨੂੰ ਆਉਂਦੇ ਸੀ ਅੱਛਾ ਜੀ ਅਤੇ ਉਹਦੇ ਪਿਓ ਦਾ ਨਾਂ ਨਵਾਬ ਸੀਗਾ ਇੱਧਰ ਆਏ ਇਹਨਾਂ ਕੁੜੀਆਂ ਦੇ ਨਾਂ ਉਹਦੇ ਵੀ ਫਕੀਰਾਂ ਦੀ ਨਾਂ ਰੱਖੀ ਸੀ ਰੱਖੀ ਉਹਦੇ ਸਹੁਰੇ ਦਾ ਨਾਂ ਸੀਗਾ ਫਜ਼ਲ ਦੀਨ ਅੱਲਾ ਰੱਖੀ ਨਾਂ ਹੋਣਾ ਹੁੰਦਾ ਆਹੋ ਅਤੇ ਫਜ਼ਲ ਦੀਨ ਵੀ ਉਹਦਾ ਨਾਂ ਉਹਦੇ ਪਿਓ ਅੱਛਾ ਰੱਖੀ ਉਹਨੇ ਰੱਖੀ ਫਜ਼ਲ ਦੀਨ ਦੀ ਨੂੰਹ ਸੀ ਉਹ ਹਾਂ ਅੱਛਾ ਠੀਕ ਹੈ ਅਤੇ ਬਾਬਾ ਜੀ ਫਿਰ ਇਹ ਉਸ ਕਾਫਲੇ ਨਾਲ ਰਲ ਗਏ ਤੁਹਾਡੇ ਘਰ ਵਾਲੇ ਉਹ ਫਿਰ ਘਰ ਰਲ ਕੇ ਉਹਦੇ ਫਿਰ ਆ ਗਏ ਨਾ ਪਾਕਿਸਤਾਨ 'ਚ ਅਤੇ ਬਾਰਡਰ ਲੱਗੇ ਬਰਕੀ ਵਾਲਾ ਬਰਕੀ ਡਿਹਾਰਾ ਵਾਲਾ ਠੀਕ ਹੈ ਡਿਹਾਰੇ ਵਾਲਾ ਬਾਰਡਰ ਲੱਗੇ ਅਤੇ ਅਸੀਂ ਫਿਰ ਆਏ ਅਗਲੇ ਦਿਨ ਅੱਛਾ ਉਹ ਅਗਲੇ ਦਿਨ ਜਦੋਂ ਮੈਂ ਆਇਆ ਨਾ ਜਿਹੜੇ ਕਾਫਲੇ ਨਾਲ ਫਿਰ ਅਗਲੇ ਦਿਨ ਉਹ ਮੰਮੀ ਫਿਰ ਉਹ ਬਾਰਡਰ ਲਗਾ ਕੇ ਭਿੱਖੀ ਮਿਲਦਾ ਖਾਣਾ ਸੀ ਬਾਰਡਰ ਦੇ ਉੱਤੇ ਅੱਛਾ ਜੀ ਇੰਡੀਆ ਦਾ ਠੀਕ ਹੈ ਉਹ ਸਾਨੂੰ ਦੋ ਕੁ ਮਿੰਟ ਬਿਠਾ ਲਿਓ ਪਰੇ ਨਾ ਮਿਲਟਰੀ ਵਾਲਿਆਂ ਰੋਕਦਾ ਵੀ ਅਸੀਂ ਤੁਹਾਨੂੰ ਹੁਣ ਬੱਸਾਂ 'ਤੇ ਲਵਾ ਦਿੰਦੇ ਹਾਂ ਇਹ ਸਾਡੇ ਵਾਲੇ ਜਿਹੜੇ ਤਲਾਠੀ ਦਿੰਦੇ ਆ ਅੱਛਾ ਜੀ ਉਹ ਮੈਂ ਬੱਸਾਂ 'ਤੇ ਸਾਨੂੰ ਵਾਹ ਪਾ ਕੇ ਅਤੇ ਕਹਿ ਲਓ ਵੀ ਬਾਰਡਰ ਕਪਾ ਕੇ ਤਾਰੀ ਜਾਂਦੇ ਸੀ ਹਾਂ ਅਤੇ ਉਹ ਮੈਂ ਬਾਰਡਰ ਲੱਭ ਕੇ ਘੁਮਿੰਦੀ ਵਾਲਾ ਤਖੀਆ ਸੀ ਉੱਥੇ ਤਾਰਦੇ ਸੀ ਠੀਕ ਹੈ ਅਤੇ ਉਹ ਘੁਮਿੰਦੀ ਵਾਲੇ ਤਖੀਆ ਮੈਨੂੰ ਤਾਰਤਾ ਉਹ ਮੈਂ ਫਿਰ ਉਦੋਂ ਸਾਰੇ ਬੰਦੇ ਕਾਹ ਤੁਰੇ ਆਉਂਦੇ ਸੀ ਮੰਮੀ ਕਾਹ ਫਿਰ ਮੈਂ ਡਿਹਾਰੇ ਆ ਗਿਆ ਅੱਛਾ ਅੱਗੋਂ ਡਿਹਾਰੇ ਮੇਰੇ ਨਾਨਕਿਆਂ ਦੇ ਪਿੰਡ ਦੇ ਬੰਦੇ ਉਹ ਜਿਹੜੇ ਸੀ ਨਾ ਮੁਸਲਮਾਨ ਹਾਂ ਉਹ ਮੈਨੂੰ ਟੱਕਰ ਗਏ ਅੱਛਾ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਮੇਰੇ ਘਰ ਦੇ ਸਾਡੇ ਘਰ ਦੇ ਉਹਨਾਂ ਆਖਿਆ ਵੀ ਤੁਹਾਡੇ ਘਰ ਦੇ ਰਾਤੀ ਇੱਥੇ ਸੀ ਅੱਛਾ ਜੀ ਅਤੇ ਅੱਜ ਸਵੇਰੇ ਉਹ ਕਾਹ ਤੁਰ ਗਿਆ ਅੱਛਾ ਖੈਰ ਫਿਰ ਮੈਂ ਰਾਤ ਉਹਨਾਂ ਕੋਲ ਮੰਮੀ ਉਹਦੇ ਪੁੰਜੇ ਹੀ ਪੈਣਾ ਸੀ ਉੱਥੇ ਸਾਡੇ ਕੋਲ ਖੇੜਾ ਕੋਈ ਹਾਂ ਉਹਦੇ ਕੋਲ ਪੁੰਜੇ ਉਹ ਪਏ ਸੀ ਪੁੰਜੇ ਮੰਮੀ ਰਾਤ ਪੈ ਰਿਹਾ ਠੀਕ ਹੈ ਉਹ ਦਿਨੇ ਉੱਠ ਕੇ ਫਿਰ ਮੈਂ ਕਰ ਲਿਓ ਵੀ ਤੁਰ ਪਿਆ ਉਹ ਮੈਂ ਬੜਕੀ ਆਇਆ ਅਤੇ ਫਿਰ
ਚੌਥੇ ਦਿਨ ਬੜਕੀ ਮੈਨੂੰ ਘਰ ਦੇ ਕੋਠੇ ਲੱਭੇ। ਅੱਛਾ ਜੀ। ਉਹ ਮੈਂ ਬੜਕੀ ਆਣ ਕੇ ਮੈਂ ਆਪਣੇ ਘਰਦਿਆਂ ਨੂੰ ਮਿਲਿਆ। ਅੱਛਾ ਜੀ। ਅਤੇ ਉਹ ਬੜਕੀਆਂ ਤੋਂ ਅਸੀਂ ਫਿਰ ਇੱਥੇ ਲਾਹੌਰ ਆ ਕੇ ਬਾਰਡਰ ਸਕੂਲੇ ਬਾਰਡਰ ਸਕੂਲੇ ਅਸੀਂ ਰਹੇ ਕੋਈ ਦੋ ਤਿੰਨ ਦਿਨ। ਉਹ ਦਿਨਾਂ ਤੋਂ ਦਿਨਾਂ ਤੋਂ ਬਾਅਦ ਨਾ ਇੱਥੇ ਖਲਕਤ ਬੜੀ ਸੀ ਕਿ ਉੱਥੇ ਬਿਮਾਰੀ ਬੜੀ ਹੈਗਾ ਸੀ, ਬਿਮਾਰੀ ਬੜੀ ਫੈਲਦੀ ਸੀ। ਉਹ ਸਾਨੂੰ ਗੱਡੀ ਗੁੱਡੀ ਤਾਂ ਕੋਈ ਲੱਭੇ ਨਾ, ਉਦੋਂ ਗੱਡੀਆਂ ਤੋਂ ਮੁਗ ਚੱਲ ਗਈਆਂ ਸੀ ਨਾ, ਪਰ ਸਾਨੂੰ ਗੱਡੀ ਕੋਈ ਨਾ ਲੱਭੇ। ਠੀਕ ਹੈ। ਅਸੀਂ ਫਿਰ ਰੇਲੇ ਪੈ ਕੇ ਨਾ ਪੇਦਰ ਸ਼ਾਹੀ ਵੱਲ ਨੂੰ ਮੂੰਹ ਕਰਕੇ ਰੇਲੇ ਪਈ ਅਸੀਂ ਤੁਰ ਪਏ। ਰੇਲ ਦੇ ਪਟੜੀ ਦੇ ਨਾਲ ਨਾਲ ਤੁਰ ਪਏ? ਹਾਂ, ਰੇਲ ਦੇ ਗੱਡੀ ਦੀ ਰੇਲ ਦੇ ਨਾਲ ਨਾਲ ਤੁਰ ਪਏ। ਅਸੀਂ ਫਿਰ ਇੱਕ ਪਹਿਲਾਂ ਆਇਆ, ਸਾਨੂੰ ਉਹ ਰਾਤ ਪੈ ਗਈ ਅਤੇ ਪਹਿਲਾਂ ਆਇਆ ਉਹ ਰੇਲ ਦੇ ਨਜ਼ਦੀਕ। ਠੀਕ ਹੈ। ਉਹ ਪਹਿਲਾਂ ਸੀ, ਉਹ ਪਹਿਲੇ ਰਾਤ ਫਿਰ ਉੱਥੇ ਰਹੇ। ਅੱਛਾ ਜੀ। ਉਹ ਸਿੱਖਾਂ ਦੇ ਸਿੱਖ ਉੱਥੋਂ ਗਏ ਸੀ, ਉੱਠ ਕੇ ਸਿੱਖਾਂ ਦੇ ਹੱਥੇ ਵਿਹਲੇ ਪਏ ਸੀ। ਉੱਥੇ ਕੋਈ ਘਰ ਮੁਸਲਮਾਨਾਂ ਦੇ ਸੀ ਜਿਹੜੇ ਕੋਈ ਬੈਠੇ ਸੀ। ਖਰੋ ਇੱਕ ਕੋਠੇ ਦੇ ਅਸੀਂ ਬੈਠੇ ਬੂਥਲੇ ਲਾ ਕੇ ਅਤੇ ਰਾਤ ਅਸੀਂ ਉੱਥੇ ਕੱਟੀ। ਬਿਲੇ ਅਸੀਂ ਉੱਠ ਕੇ ਉੱਥੋਂ ਫਿਰ ਰੇਲੇ ਪੀ ਕੇ ਤੁਰ ਪਏ। ਅਸੀਂ ਫਿਰ ਉੱਥੋਂ ਤੁਰ ਕੇ ਲਾ ਬਾਰਾਂ ਕੁ ਵਜੇ ਆ ਗਏ ਰਾਏ ਬਿੰਦੀ। ਅੱਛਾ। ਉਹ ਫਿਰ ਰਾਏ ਬਿੰਦੀ ਆਣ ਕੇ ਅਸੀਂ ਨਾ ਸਾਡੇ ਕੁਆਟਰ ਹੈਗਾ ਸੀਗਾ, ਉਹ ਅਸੀਂ ਆਣ ਕੇ ਹੀ ਆਪਣਾ ਚੁੱਲ੍ਹਿਆ ਜੇ ਇੱਦਾਂ ਕਰੀਆਂ ਕਰਕੇ ਰੋਟੀਆਂ ਲੈਣੀਆਂ ਪਕਾਈਆਂ, ਉੱਥੇ ਰੋਟੀ ਖਾਧੀ। ਉੱਥੋਂ ਸਾਨੂੰ ਰਾਏ ਬਿੰਦਾ ਤੋਂ ਇੱਕ ਮਾਲ ਗੱਡੀ ਮਿਲ ਗਈ। ਉਹ ਮਾਲ ਗੱਡੀ ਸਾਨੂੰ ਮਿਲ ਗਈ, ਅਸੀਂ ਮਾਲ ਗੱਡੀ 'ਤੇ ਬੈਠੇ ਅਤੇ ਸ਼ਾਹੀਵਾਲ ਆਣ ਉਤਰੇ। ਇੱਕ ਰਾਤ ਅਸੀਂ ਫਿਰ ਰਹੇ ਬਿਆਸੀ ਜੀ। ਅੱਛਾ। ਕਈ ਆਦਮੀ ਨਜ਼ਦੀਕ ਬਿਆਸੀ ਆ ਚੱਕ, ਬਿਆਸੀ ਚੱਕ ਹੈ ਜੀ। ਹਾਂ, ਇੱਕ ਰਾਤ ਬਿਆਸੀ ਜਿਹੜਾ ਹੈ ਬਿਲੇ ਸਾਨੂੰ ਪਤਾ ਲੱਗ ਗਿਆ। ਬਿਲੇ ਸਾਡੇ ਪਿਛਲੇ ਪਿੰਡ ਦੇ ਮੁਸਲਮਾਨ ਸੀ ਨਾ, ਸਾਨੂੰ ਪਤਾ ਲੱਗਾ ਵੀ ਉਹ ਇੱਕ ਚੱਕ ਬੇਦੀਆਂ ਦਾ ਵਾ ਖੇਮ ਕੋਟ। ਅੱਛਾ ਜੀ। ਉਹ ਖੇਮ ਕੋਟ ਦਾ ਨੰਬਰ ਆ 66 ਵੀ ਉੱਥੇ ਬੈਠੇ ਆ। ਉਹ ਅਸੀਂ ਵੀ ਫਿਰ ਉੱਥੋਂ ਉਹ ਜਾਵੇ ਵਾਲੀ ਝਾੜ ਲਾ ਕੇ ਨਾ ਬਿਆਸੀ ਉੱਠ ਕੇ ਅਤੇ ਉਹ ਫਿਰ ਉਹਦੇ ਖੇਮਕੋਟ ਚਲੇ ਗਏ। ਉਹਦੇ ਫਿਰ ਸਾਨੂੰ ਕਿਲਾ ਜੀ ਲਾਲ ਦੀ ਜ਼ਮੀਨ ਹੋ ਗਈ। ਅੱਛਾ ਜੀ। ਉਹਦੇ ਫਿਰ ਕਿਲਾ ਜੀ ਜ਼ਮੀਨ ਸਾਨੂੰ ਲਾਲ ਕਰਤੀ ਕੌਣ ਮਿਲਣੇ। ਠੀਕ ਹੈ। ਅਸੀਂ ਫਿਰ ਉੱਥੇ ਰਹੇ ਕੋਈ ਦੋ ਚਾਰ ਸਾਲ। ਇਹ ਖੇਮਕੋਟ ਵੀ ਸਾਹੀਵਾਲ ਜ਼ਿਲ੍ਹੇ 'ਚ ਆਉਂਦਾ? ਹਾਂਜੀ ਸਾਹਿਬ, ਜਿਹੜੇ ਸਾਹੀਵਾਲ ਜਾਂ ਖੇਮਕੋਟ। ਅੱਛਾ, ਠੀਕ ਹੈ ਠੀਕ ਹੈ। ਅਤੇ ਫਿਰ ਮੈਂ ਸ਼ਾਹੀਵਾਲ ਉਹ ਜ਼ਮੀਨ ਜਿਹੜੀ ਸਾਡੇ ਵਾਲੀ ਸੀ ਉਹ ਮਾਲਕਾਂ ਨੂੰ ਮਾਲਕੀ ਪੈ ਗਈ। ਫਿਰ ਮੈਂ ਜੋਈਆਂ ਨੂੰ ਜ਼ਮੀਨ ਪੈ ਗਈ, ਫਿਰ ਜੋਈਆ ਸੀ ਇੱਕ ਉਹਦਾ ਰਿਸ਼ਤੇਦਾਰ ਉਹਨਾਂ ਪਵਾ ਲਈ। ਉਹ ਫਿਰ ਸਾਨੂੰ ਉਹਨਾਂ ਨੋਟ ਦੇ ਕੇ ਬਦਖਲ ਕਰਤਾ। ਸਾਨੂੰ ਫਿਰ ਗੌਰਮੈਂਟ ਨੇ ਇੱਥੇ ਜ਼ਮੀਨ ਬਦਖਲ ਸੋਲਾ ਬਾਜ਼ਾਰ ਲਿਆ ਅਤੇ 8-8 ਕਿੱਲੇ ਦਿੰਦੇ ਇੱਥੇ। ਅੱਛਾ। ਉਦੋਂ ਮੈਂ ਖੇਮਕੋਟ ਉੱਠ ਕੇ ਫਿਰ ਅਸੀਂ ਇੱਥੇ ਆ ਗਏ 138 ਨੋਵਲ ਦੇ ਵਿੱਚ। ਹਾਂ ਹਾਂ, 138 ਨੋਵਲ 'ਚ ਆ ਗਏ। ਖੇਮਕੋਟ ਜਿਹੜਾ ਵਾ ਇਹ 67 ਮਾਈਲ ਵੱਜਦਾ। ਬਾਬਾ ਜੀ, ਕਦੇ ਆਪਣਾ ਪਿਛਲਾ ਪਿੰਡ ਯਾਦ ਆਉਂਦਾ? ਗੱਲ ਹੋਵੇ ਸਿਆਣਿਆਂ ਮੰਨਿਆ ਕਹਾਵਤ, ਸਿਆਣਿਆਂ ਦਾ ਕਹਿਣਾ ਵੀ ਪ੍ਰਦੇਸ਼ ਗਿਆ ਨੂੰ ਬਾਦਸ਼ਾਹ ਹੀ ਮਿਲ ਜਾਣਾ, ਉਹਨਾਂ ਨੂੰ ਵਤਨ ਫਿਰ ਵੀ ਪਿਆਰਾ। ਪ੍ਰਦੇਸ਼ ਗਿਆ ਮਿਲੇ ਸ਼ਾਹੀ ਅਤੇ ਦਿਲ ਵਤਨਾਂ ਨੂੰ ਤੰਗ ਏ, ਤੇਰਾ ਪਤਾ ਹੋਵੇ। ਉਹ ਨੂੰ ਪਿਛਲਾ ਪੈਂਦਾ ਨਾ ਵਾ ਨਾ, ਜਿਹੜੇ ਸਾਡੇ ਪਿੰਡ ਸਿੱਖ ਸੀ ਨਾ ਆਸ ਲਾ ਦੇ, ਉਹ ਪਿੰਡ ਬਹੁਤ ਸਾਡੇ ਪਿੰਡ ਦੇ ਸਿੱਖ ਭਰੇ ਬਾਅਦ ਸੀ, ਉਹਨਾਂ ਸਾਡੇ ਪਿੰਡ ਦੇ ਮੁਸਲਮਾਨ ਕਿਸੇ ਨੂੰ ਫਿਲਮੇ ਨੂੰ ਨਹੀਂ ਰੱਖਿਆ। ਅੱਛਾ ਜੀ। ਆਸਲਾਂ 'ਚ ਤੁਹਾਡਾ ਜੰਮ ਆਸਲਾਂ ਦਾ? ਆਸਲਾਂ ਦਾ ਸਾਰਿਆਂ ਜੰਮ ਪਾਲਾ ਆਸਲਾਂ ਦਾ। ਅਸੀਂ ਹਰ ਰਾਤ ਉੱਠ ਕੇ ਦੂਆ ਸਾਹਿਬ ਸੀ ਸਾਨੂੰ ਗਿਆ ਨੂੰ।